ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਤੇ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਸਿਹਤ ਦੀ ਸਾਨੂੰ ਸਭ ਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਸਿਹਤ ਹੈ ਉਹ ਖੁਰਾਕ ਨਾਲ ਜੁੜੀ ਹੋਈ ਹੈ ਬਿਲਕੁਲ ਸਹੀ ਲੱਗਦਾ ਪਰ ਕਿਹੜੀ ਖੁਰਾਕ ਦੇ ਨਾਲ ਸਾਡੀ ਸਿਹਤ ਜੁੜੀ ਹੋਈ ਹੈ ਸਾਡੀ ਸਿਹਤ ਬੁਨਿਆਦੀ ਤੌਰ ਦੇ ਉੱਤੇ ਸਾਡੇ ਮਾਈਂਡ ਦੀ ਖੁਰਾਕ ਨਾਲ ਜੁੜੀ ਹੋਈ ਹੈ ਸਿਰਫ ਸਿਹਤ ਸਰੀਰਕ ਸਿਹਤ ਨਹੀਂ ਤੁਹਾਡੀ ਜ਼ਿੰਦਗੀ ਦੀ ਸਿਹਤ ਤੁਹਾਡੇ ਕਾਰੋਬਾਰ ਦੀ ਸਿਹਤ ਤੁਹਾਡੀ ਲਾਈਫ ਜਿਹੜੀ ਬਤੀਤ ਕਰਨੀ ਹੈ ਉਹਦੀ ਸਿਹਤ ਕਿਉਂਕਿ ਇਹ ਜਿਹੜੀ ਬਾਡੀ ਜਿਹੜੀ ਡਿਜ਼ਾਈਨਡ ਹੈ ਇਹ ਡਿਜ਼ਾਈਨਡ ਹੀ ਮਤਲਬ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਬਣੀ ਹੋਈ ਹੈ ਇਹਦੀ ਇੱਕ ਮਿਆਦ ਹੈ ਇਹ ਨਹੀਂ ਹੈ ਕਿ ਵੀ ਇਹ ਫੋਰਐਵਰ ਰਹਿ ਜੂਗੀ ਹੈ ਇਟ ਡਿਜ਼ਾਈਨਡ ਹੀ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਚਰਚਾ ਕਰ ਚੁੱਕੇ ਅ ਜੋ ਕੀ ਸਾਇੰਸ ਨੇ ਇਹ ਵੀ ਖੋਜ ਕੀਤੀ ਹੈ ਜੇ ਹੋਰ ਖੋਜ ਚੱਲ ਰਹੀ ਹੈ ਜਿਵੇਂ ਟੈਲੀਮੇਅਰ ਸ਼ਾਰਟਨਿੰਗ ਹੈ ਕਿ ਜਦੋਂ ਇੱਕ ਸੈੱਲ ਕਿਸ ਦੀ ਹੈ ਬੋਡੀ ਉਹ ਸੈੱਲ ਮਰਦੇ ਨੇ ਨਵੇਂ ਬਣਦੇ ਨੇ ਜਿਵੇਂ ਆਪਾਂ ਕੁਝ ਖਾਣਾ ਖਾਂਦੇ ਆ ਤਾਂ ਸਿੱਧਾ ਸਾਡੇ ਮੇਦੇ 'ਚ ਸਾਡੇ ਸਟਮਕ ਦੇ ਵਿੱਚ ਜਾਂਦਾ ਤਾਂ ਤਜਾਬ ਪੈਦਾ ਕਰ ਦਿਆ ਸਰੀਰ ਆਪਣੇ ਆਪ ਤਜਾਬ ਪੈਦਾ ਕਰਦਾ ਕਈ ਲੋਕਾਂ ਨੂੰ ਤਜਾਬ ਦੀ ਸ਼ਿਕਾਇਤ ਵੀ ਆਪਸ ਮੂੰਹ ਦੇ ਵਿੱਚ ਆਂਦਾ ਉਹਨਾਂ ਨੂੰ ਜਲਨ ਹੁੰਦੀ ਹੈ ਤੇ ਉਹ ਤਜਾਬ ਦੇ ਵਿੱਚ ਸਾਰਾ ਕੁਝ ਗਲਦਾ ਉਹਦੇ ਜੋ ਫਿਰ ਤਤ ਕੱਢਦੀ ਹੈ ਇਹ ਔਰ ਤਤ ਕੱਢ ਕੇ ਜੋ ਨਹੀਂ ਚਾਹੀਦਾ ਉਹਨੂੰ ਗਿਰਾ ਦਿੰਦੀ ਹੈ ਔਰ ਦੇਖੋ ਕਮਾਲ ਦੀ ਚੀਜ਼ ਜੋ ਗਿਰਾ ਦਿੰਦੀ ਹੈ ਜੋ ਬਾਡੀ ਨੂੰ ਨਹੀਂ ਚਾਹੀਦਾ ਉਹ वनस्पती ਨੂੰ ਚਾਹੀਦਾ ਬੂਟਿਆਂ ਦੀ ਖਾਹਕ ਹੈ ਉਹ ਤੇ ਜੋ ਬੂਟਿਆਂ ਨੂੰ ਨਹੀਂ ਚਾਹੀਦਾ ਜੋ ਉਹ ਗਿਰਾ ਦਿੰਦੇ ਨੇ ਫਲ ਫਰੂਟ ਜੋ ਵੀ ਉਹ ਸਾਡੀ ਖਾਹਕ ਹੈ ਤਾਂ ਇਸ ਤਰ੍ਹਾਂ ਇਹ ਚੱਕਰ ਡਿਜ਼ਾਈਨਡ ਹੈ ਤਾਂ ਜਦੋਂ ਤਜਾਬ ਬਣਦਾ ਤਾਂ ਸਾਡੀ ਜਿਹੜੀ ਸਟਮਕ ਹੈ ਉਹਦਾ ਲਾਈਨਰ ਹੁੰਦਾ ਅੰਦਰ ਉਹ ਹਰ ਦੂਜੇ ਤੀਜੇ ਦਿਨ ਨਵਾਂ ਬਣਦਾ ਉਹ ਇੰਨੀ ਤੇਜ਼ੀ ਨਾਲ ਉਹਦੇ ਜਿਹੜੇ ਸੈੱਲ ਨੇ ਉਹ ਨਵੇਂ ਬਣਦੇ ਨੇ ਤੇ ਇਸੇ ਤਰ੍ਹਾਂ ਸਰੀਰ ਦੇ ਹਰ ਅੰਗ ਦੇ ਜਿਹੜੇ ਸੈੱਲ ਨੇ ਕੁਝ ਨੂੰ ਛੱਡ ਕੇ ਜਿਵੇਂ ਬ੍ਰੇਨ ਦੇ ਹੋਗੇ ਉਹਦੀ ਡਿਵੈਲਪਮੈਂਟ ਇੱਕ ਹੱਦ ਤੋਂ ਬਾਅਦ ਜਾ ਕੇ ਰੁਕ ਜਾਂਦੀ ਏ ਉਹਦੀ ਚਰਚਾ ਅੱਜ ਆਪਾਂ ਨਹੀਂ ਪਾਵਾਂਗੇ ਮੋਟਾ-ਮੋਟੀ ਸਰੀਰ ਦੇ ਹਰ ਅੰਗ ਜਿਵੇਂ ਜਿਵੇਂ ਆਪਾਂ ਉਹਨੂੰ ਵਰਤਦੇ ਆ ਉਹ ਕਿਸੇ ਜਾਂਦਾ ਪੁਰਾਣੇ ਸੈੱਲ ਮਰੀ ਜਾਂਦੇ ਨੇ ਤੇ ਨਵੇਂ ਬਣੇ ਜਾਂਦੇ ਨੇ ਪਰ ਹਰ ਵਾਰੀ ਜਦੋਂ ਨਵਾਂ ਸੈੱਲ ਬਣਦਾ ਉਹ ਪੁਰਾਣੇ ਵਰਗਾ ਨਹੀਂ ਹੁੰਦਾ ਸਿੰਗਲ ਇੱਕ ਸੈੱਲ ਤੋਂ ਸ਼ੁਰੂ ਹੁੰਦੀ ਹੈ ਖੇੜ ਸਾਰੀ ਦੀ ਸਾਰੀ ਜ਼ਾਈਗੋਟ ਤੋਂ ਉਹ ਉਹ ਸੈੱਲ ਦੇ ਵਿੱਚ ਸਾਰੀ ਇਨਫਰਮੇਸ਼ਨ ਹੁੰਦੀ ਹੈ ਉਹ ਚਾਹੇ ਹਾਰਟ ਬਣ ਜਵੇ ਚਾਹੇ ਲਿਵਰ ਬਣ ਜਵੇ ਚਾਹੇ ਕੁਝ ਵੀ ਬਣ ਜਵੇ ਉਹ ਲੇਕਿਨ ਇੱਕ ਵਾਰੀ ਜੇ ਉਹ ਸੈੱਲ ਹਾਰਟ ਬਣਨ ਲੱਗ ਗਏ ਉਸ ਤੋਂ ਬਾਅਦ ਉਹ ਬਾਕੀ ਸਭ ਕੁਝ ਭੁੱਲ ਜਾਂਦੇ ਨੇ ਉਹ ਸਿਰਫ ਹਾਰਟ ਹੀ ਬਣ ਸਕਦਾ ਮੁੜ ਕੇ ਹੋਰ ਕੁਝ ਨਹੀਂ ਬਣ ਸਕਦਾ ਉਹ ਤਾਂ ਉਹ ਬਣਦਾ ਪਰ ਉਹ ਜਦੋਂ ਅਗਲੀ ਵਾਰੀ ਬਣਦਾ ਸੈੱਲ ਉਹ ਕੁਝ ਦੇਰ ਤਾਂ ਵੱਧਾ ਰਹਿੰਦਾ ਉਹ ਸਰੀਰ ਫੇਰ ਆ ਕੇ ਉਹ ਸਟੇਬਲ ਹੋ ਜਾਂਦਾ ਫੇਰ ਉਹ ਘਟਣਾ ਸ਼ੁਰੂ ਹੋ ਜਾਂਦਾ ਯਾਨੀ ਜਦੋਂ ਅਗਲੀ ਵਾਰੀ ਬਣੂਗਾ ਉਦੋਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਡੀਐਨਏ ਜਿਹਨੂੰ ਆਪਾਂ ਕਹਿੰਦੇ ਆ ਉਹ ਲੂਜ਼ਨ ਹੋਈ ਜਾਂਦੀ ਹੈ ਉਹ ਟੈਲੋਮਰ ਸ਼ਾਰਟਨਿੰਗ ਨੂੰ ਆਪਾਂ ਕਹਿੰਦੇ ਆ ਦਾ ਇੱਕ ਟਾਈਮ ਆਉਂਦਾ ਜਦੋਂ ਇੰਨੀ ਲੂਸ ਹੋ ਜਾਂਦੇ ਖੰਡ ਜਾਂਦੀ ਹੈ ਉਹ ਸਾਰੀ ਇਨਫੋਰਮੇਸ਼ਨ ਮਤਲਬ ਉਹ ਟਾਈਮ ਜਿਹੜਾ ਤੁਹਾਡਾ ਉਹ ਉਹ ਉਹਨੇ ਪੂਰਾ ਸਾਈਕਲ ਜਿਹੜਾ ਬਾਡੀ 'ਚ ਕਰ ਲਿਆ ਪੂਰਾ ਸੋ ਇਟ ਡਸਨਟ ਮੈਟਰ ਕਿ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਇਵੈਂਚੁਅਲੀ ਜਿਹੜੀ ਹੈ ਇਹ ਇਹ ਸਾਰਾ ਟਾਈਮ ਚੱਲਣ ਵਾਸਤੇ ਬਾਡੀ ਨਹੀਂ ਬਣੀ ਹੋਈ ਇਟਸ ਗੁੱਡ ਇਟਸ ਗੁੱਡ ਤਾਂ ਪਹਿਲੀ ਚੀਜ਼ ਤਾਂ ਸਾਨੂੰ ਇਹ ਸਮਝ ਆਣੀ ਚਾਹੀਦੀ ਹੈ ਬਟ ਹੁਣ ਰੌਲਾ ਇਹ ਹੈ ਹਾਊ ਵੈਲ ਵੀ ਕੀਪ ਇਟ ਕਿੰਨੇ ਸਹੀ ਢੰਗ ਨਾਲ ਅਸੀਂ ਇਹਨੂੰ ਚਲਾਨੇ ਤੇ ਕਿੰਨਾ ਸਹੀ ਜਿਹੜਾ ਜ਼ਿੰਮੇਵਾਰ ਇਹਨੇ ਚਲਣਾ ਉਹਦਾ ਆਨੰਦ ਅਸੀਂ ਜਿਹੜਾ ਮਾਣਦੇ ਆ ਜਦੋਂ ਵਰਡ ਆਨੰਦ ਆ ਗਿਆ ਤੁਹਾਡਾ ਮਜ਼ਾ ਆ ਗਿਆ ਇਵੈਂਚੁਅਲੀ ਟਾਰਗੇਟ ਇਹੀ ਹੈ ਕਿ ਮਜ਼ਾ ਆਵੇ ਤੁਹਾਨੂੰ ਉਹ ਜਿਹੜਾ ਮਜ਼ਾ ਆਣਾ ਉਹ ਕਿਵੇਂ ਆਣਾ ਸਾਡੇ ਸਰੀਰ ਦੇ ਅੰਦਰ ਰਸਾਇਣ ਜਿਹੜੇ ਨੇ ਉਹ ਸਾਨੂੰ ਮਜ਼ੇ ਦੀ ਅਨੁਭੂਤੀ ਕਰਾਉਂਦੇ ਨੇ ਡੋਪਾਮਾਈਨ ਹੋ ਗਿਆ ਸੈਰਟੋਨਿਨ ਹੋ ਗਿਆ ਆਪਣੇ ਆਪ ਉਹ ਰਿਲੀਜ਼ ਹੁੰਦੇ ਨੇ ਤੁਹਾਡੇ ਅੰਦਰ ਤਾਂ ਤੁਹਾਨੂੰ ਮਜ਼ਾ ਆਣ ਲੱਗ ਜਾਂਦਾ ਤੇ ਜਿਹੜੀ ਸਟ੍ਰੈਸ ਹੈ ਜਿਹੜੀ ਟੈਨਸ਼ਨ ਹੈ ਉਹ ਵੀ ਕੈਮੀਕਲ ਹੀ ਤੁਹਾਡੇ ਅੰਦਰ ਜਿਹੜੇ ਰਿਲੀਜ਼ ਹੁੰਦੇ ਨੇ ਉਹੀ ਤੁਹਾਨੂੰ ਅਹਿਸਾਸ ਕਰਾਉਂਦੇ ਨੇ ਜਦੋਂ ਤੁਸੀਂ ਬੈਠੇ ਹੋ ਚੰਗੇ ਭਲੇ ਤੁਹਾਨੂੰ ਇੱਕ ਖਬਰ ਕੋਈ ਇਹ ਜੀ ਆ ਗਈ ਜਿਹੜੀ ਮਾੜੀ ਖਬਰ ਆ ਗਈ ਤਾਂ ਸਰੀਰ ਆਪਣੇ ਆਪ ਹੀ ਸਾਰਾ ਬਦਲ ਜਾਂਦਾ ਸਾਰਾ ਪੂਰਾ ਸਟ੍ਰੈਸ ਇੱਕਦਮ ਆ ਜਾਂਦੀ ਹੈ ਤੁਹਾਨੂੰ ਕਿਵੇਂ ਕਿਉਂਕਿ ਜਿਹੜੇ ਜਿਹੇ ਤੁਹਾਡਾ ਇਮੋਸ਼ਨ ਹੋਇਆ ਜਿਹੜੇ ਜਿਹੇ ਤੁਸੀਂ ਸੋਚਿਆ ਉਸ ਹਿਸਾਬ ਦੇ ਨਾਲ ਅੰਦਰ ਤੁਹਾਡੇ ਕੈਮੀਕਲ ਰਿਲੀਜ਼ ਹੋਇਆ ਸਾਰੇ ਖੂਨ ਦੇ ਵਿੱਚ ਉਹ ਦੌੜਿਆ ਤੇ ਉਹਦੇ ਮੁਤਾਬਕ ਉਹਨੇ ਸਾਰੇ ਸਰੀਰ ਨੂੰ ਚੇਂਜ ਕਰਤਾ ਜੇ ਤੁਹਾਨੂੰ ਟੈਨਸ਼ਨ ਆ ਗਈ ਤੁਹਾਡੀ ਹਾਰਟ ਬੀਟ ਆਟੋਮੈਟਿਕਲੀ ਤੇਜ਼ ਹੋ ਜਾਣੀ ਹੈ ਜੇ ਤੁਹਾਨੂੰ ਖਤਰੇ ਦਾ ਅਹਿਸਾਸ ਹੋਇਆ ਟੈਨਸ਼ਨ ਮਤਲਬ ਤੁਹਾਨੂੰ ਤੁਹਾਡੇ ਦਿਮਾਗ ਨੇ ਅਹਿਸਾਸ ਕਰਾਇਆ ਕਿ ਤੁਹਾਨੂੰ ਕੋਈ ਖਤਰਾ ਹੈ ਹਾਰਟਬੀਟ ਤੇਜ਼ ਕਰ ਦੂਗਾ ਸਾਹ ਤੇਜ਼ ਆਣ ਲੱਗ ਜਾਣਗੇ ਪਾਚਨ ਕਿਰਿਆ ਬੰਦ ਹੋ ਜੂਗੀ ਬੰਦ ਉਹਦੇ ਘਟ ਜਾਂਦੀ ਹੈ ਕਿਵੇਂ ਕਿਉਂਕਿ ਬਲੱਡ ਦੀ ਜਿਹੜੀ ਸਪਲਾਈ ਹੈ ਜਿਹੜੀ ਲਹੂ ਦੀ ਸਪਲਾਈ ਡਾਈਜੈਸ਼ਨ ਵਾਸਤੇ ਜਾਣੀ ਹੈ ਉਹ ਲੀਆਂ ਨਾੜੀਆਂ ਨੂੰ ਘੁੱਟ ਦਿੰਦੇ ਆ ਘੁੱਟ ਦਿੰਦਾ ਸਰੀਰ ਆਪਣੇ ਆਪ ਸੁਤੇ ਸਿੱਧ ਸੁਤੇ ਸਿੱਧ ਉਹਨੂੰ ਘੁੱਟ ਦਿੰਦਾ ਤੁਹਾਡਾ ਉਹਦੇ ਤੇ ਕੰਟਰੋਲ ਹੈ ਕਿਹੜਾ ਕੰਟਰੋਲ ਹੈ ਅੱਜ ਆਪਾਂ ਉਸੇ ਦੀ ਚਰਚਾ ਕਰਾਂਗੇ ਬਟ 99.9% ਲੋਕਾਂ ਨੂੰ ਉਹ ਕੰਟਰੋਲ ਦਾ ਹੀ ਨਹੀਂ ਪਤਾ ਕਿ ਉਹ ਕੰਟਰੋਲ ਕੀ ਹੈ ਠੀਕ ਮਿੱਠਾ ਖਾਣ ਵੇਲੇ ਤੁਹਾਡਾ ਸਰੀਰ ਤੁਹਾਨੂੰ ਉਕਸਾਂਦਾ ਤਾਂ ਤੁਸੀਂ ਮਿੱਠਾ ਖਾਂਦੇ ਹੋ ਜਿਹੜਾ ਕਿ ਤੁਹਾਡੇ ਸਰੀਰ ਵਾਸਤੇ ਚੰਗਾ ਨਹੀਂ ਹੈ ਪਰ ਫਿਰ ਵੀ ਖਾਂਦੇ ਹੋ ਤੁਸੀਂ ਇਹ ਕਿਉਂ ਹੁੰਦਾ ਇਹਦੀ ਚਰਚਾ ਆਪਾਂ ਅੱਜ ਕਰਾਂਗੇ ਅੱਜ ਦਾ ਜਿਹੜਾ ਵਿਸ਼ਾ ਮੈਂ ਚੁਣਿਆ ਉਹ ਗੱਲ ਕਰਿਆ ਕਿ ਕਿਹੜੀ ਖੁਰਾਕ ਖੁਰਾਕ ਮਨ ਦੀ ਖੁਰਾਕ ਜਿਹੜੀ ਮਾਈਂਡ ਦੀ ਖੁਰਾਕ ਹੈ ਤੁਹਾਡੀ ਫੂਡ ਫਾਰ ਮਾਈਂਡ ਉਹ ਸਾਰਾ ਕੁਝ ਚਲਾਉਂਦਾ ਹੈ ਤੁਹਾਡਾ ਸਭ ਕੁਝ ਉਹ ਹੀ ਚਲਾਉਂਦਾ ਹੈ ਜਿਵੇਂ ਜੇ ਤੁਹਾਡਾ ਉਹ ਮਾਈਂਡ ਚਾਹੂਗਾ ਉਹੇ ਜੀ ਤੁਹਾਡੀ ਬੋਡੀ ਚੱਲੂਗੀ ਲੇਕਿਨ ਮਾਈਂਡ ਕਿਸ ਤਰ੍ਹਾਂ ਚੱਲੇ ਇਹ ਤੁਹਾਡੇ ਕੰਟਰੋਲ 'ਚ ਪਰ ਸਾਨੂੰ ਪਤਾ ਨਹੀਂ ਹੈ ਕਿ ਉਹ ਕਿਵੇਂ ਕੰਟਰੋਲ ਦੇ ਵਿੱਚ ਉਹ ਚੱਲੂਗਾ ਉਹ ਹੈ ਤਾਂ ਤੁਹਾਡਾ ਸਲੇਵ ਹੈ ਉਹ ਹੈ ਤਾਂ ਤੁਹਾਡਾ ਗੁਲਾਮ ਪਰ ਉਹ ਮਾਲਿਕ ਬਣਿਆ ਬੈਠਾ ਰਹਿੰਦਾ ਕਿਉਂਕਿ ਮਾਈਂਡ ਆਪਣੇ ਹਿਸਾਬ ਨਾਲ ਫੰਕਸ਼ਨ ਕਰਦਾ ਅਨੁਲੀਆਂ ਦੋ ਚਾਰ ਵੀਡੀਓਜ਼ ਦੇ ਵਿੱਚ ਆਪਾਂ ਇਸੇ ਉੱਤੇ ਚਰਚਾ ਕਰਾਂਗੇ ਵੈਸੇ ਪਿਛਲੀਆਂ ਦੋ ਵੀਡੀਓਜ਼ ਦੇ ਵਿੱਚ ਵੀ ਆਪਾਂ ਇਸੇ ਇਸੇ ਚੀਜ਼ ਨੂੰ ਹਲਕਾ ਜਿਹਾ ਛੁਇਆ ਹੈ ਸਿਕਾ ਇੱਕ ਕਨਸੈਪਟ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਜਿਹਨੂੰ ਕਹਿੰਦੇ ਨੇ ਕਿ ਸੀਕਰੇਟਸ ਉਹਦੇ ਤੇ ਕਿਤਾਬ ਵੀ ਲਿਖੀ ਗਈ ਕਿ ਜਿਹੜੀ ਚੀਜ਼ ਨੂੰ ਤੁਸੀਂ ਸ਼ਿੱਦਤ ਨਾਲ ਚਾਹੋਗੇ ਕੁਦਰਤ ਤੁਹਾਨੂੰ ਉਹ ਦੇ ਹੀ ਦੇਊਗੀ ਤੋਂ ਇਹਦੇ ਤੇ ਬਹੁਤ ਪ੍ਰਚਾਰ ਸੋਸ਼ਲ ਮੀਡੀਆ ਦੇ ਉੱਤੇ ਹੁੰਦਾ ਉਹ ਕਿਤਾਬ ਵੀ ਕਈ ਮਿਲੀਅਨਸ ਦੇ ਵਿੱਚ ਵਿਕੀ ਸੀਕਰੇਟਸ ਜਿਹੜੀ ਕਿਤਾਬ ਲਿਖੀ ਆ ਹੁਣ ਪੰਜਾਬੀ ਦੇ ਵਿੱਚ ਵੀ ਉਹਦਾ ਅਨੁਵਾਦ ਆਇਆ ਥੰਬਨੇਲ ਦੇ ਵਿੱਚ ਉਹਦਾ ਤੁਸੀਂ ਫੋਟੋ ਦੇਖਿਆ ਹੋਣਾ ਜਿਹੜਾ ਟਾਈਟਲ ਉਹਦਾ ਹੈਗਾ ਸੀਕਰੇਟਸ ਦਾ ਉਹ ਹਮੇਸ਼ਾ ਏਸੀ ਚੀਜ਼ ਨੂੰ ਕਹਿੰਦੇ ਨੇ ਕਿ ਵੀ ਤੁਸੀਂ ਜਿਵੇਂ ਸੋਚੋਗੇ ਜਿਹੜੀ ਚੀਜ਼ ਦੇ ਉੱਤੇ ਫੋਕਸ ਕਰੋਗੇ ਉਹ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਊਗੀ ਉਹ ਇੱਥੇ ਤੱਕ ਜਾਂਦੇ ਨਹੀਂ ਕਿ ਵੀ ਜੇ ਤੁਸੀਂ ਇਹ ਸੋਚੀ ਜਾਓ ਕਿ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਹੋਣਾ ਚਾਹੀਦਾ ਤਾਂ ਪੈਸਾ ਆ ਜਾਊਗਾ ਜੇ ਤੁਸੀਂ ਸੋਚੀ ਜਾਓ ਕਿ ਤੁਹਾਡੇ ਕੋਲ ਵੱਡੀ ਕਾਰ ਹੋਣੀ ਚਾਹੀਦੀ ਹੈ ਤੁਹਾਡੀ ਐਫਰਮੇਸ਼ਨ ਤੁਸੀਂ ਕਰੀ ਜੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਕਾਰ ਆ ਜਾਊਗੀ ਜੇ ਤੁਸੀਂ ਵਿਦੇਸ਼ ਜਾਣਾ ਜੋ ਵੀ ਮਤਲਬ ਤੁਸੀਂ ਸੋਚੋਗੇ ਜੇ ਉਹਨੂੰ ਸ਼ਿੱਦਤ ਨਾਲ ਸੋਚੋਗੇ ਤਾਂ ਤੁਹਾਡੀ ਲਾਈਫ ਦੇ ਵਿੱਚ ਉਹ ਆ ਜਾਊਗਾ ਇੱਕ ਉਹ ਫਿਲਮ ਵੀ ਸੀ ਸ਼ਾਹਰੁਖ ਖਾਨ ਉਹ ਕਹਿੰਦਾ ਵੀ ਇਸ ਤਰ੍ਹਾਂ ਕਹਿੰਦਾ ਸੀ ਜਿਸ ਚੀਜ਼ ਕੋ ਆਪ ਸ਼ਿੱਦਤ ਸੇ ਚਾਹੋ ਪੂਰੀ ਕਾਇਨਾਤ ਆਪਕੋ ਉਸਕੋ ਮਿਲਾਣੇ ਮੇ ਲੱਗ ਜਾਂਦੀ ਹੈ ਇਸ ਤਰ੍ਹਾਂਆਂ ਗੱਲਾਂ ਨੇ ਬਹੁਤ ਪ੍ਰਚਲਿਤ ਹੈ ਬਹੁਤ ਉਹਦੇ ਬਾਰੇ ਗੱਲਬਾਤ ਹੁੰਦੀ ਹੈ ਲੋਕ ਸਟੋਰੀਜ਼ ਵੀ ਸੁਣਾਉਂਦੇ ਨੇ ਤੇ ਵੀ ਮੈਨੀਫੈਸਟੇਸ਼ਨ ਹੋਊਗੀ ਬਹੁਤ ਵੱਡਾ ਕਲਾਕਾਰ ਹੈ ਅੱਜ ਕੱਲ ਉਹ ਉਹ ਦੀਆਂ ਵੀ ਮੈਂ ਵੀਡੀਓਜ਼ ਕਿਤੇ ਦੇਖੀਆਂ ਉਹ ਵੀ ਇਹੀ ਇਸੇ ਗੱਲ ਦਾ ਇਤਕਰਦਾ ਜੀ ਮੈਂ ਇਹ ਸੋਚਿਆ ਵੀ ਹੋਊਗਾ ਤੇ ਉਹ ਹੋ ਗਿਆ ਇਸ ਤਰ੍ਹਾਂ ਹੁੰਦਾ ਨਹੀਂ ਹੈ ਕਿਉਂਕਿ ਜਿਹੜੀਆਂ ਸਟੋਰੀਜ਼ ਅਸੀਂ ਸੁਣਦੇ ਆ ਜਿਹੜੀਆਂ ਕਹਾਣੀਆਂ ਅਸੀਂ ਸੁਣਦੇ ਆ ਉਹ ਸਕਸੈਸ ਦੀਆਂ ਸੁਣਦੇ ਆ ਅਸੀਂ ਕਾਮਯਾਬੀ ਦੀਆਂ ਸੁਣਦੇ ਆ ਔਰ ਜਿਹੜੀ ਕਾਮਯਾਬੀ ਹੈ ਉਹ ਬਹੁਤ ਥੋੜੀ ਹੈ ਬਟ ਕਾਮਯਾਬੀ ਹਰੇਕ ਬੰਦਾ ਕਾਮਯਾਬ ਹੋ ਸਕਦਾ ਕਾਮਯਾਬ ਕਯਾਬੀ ਦਾ ਮਤਲਬ ਸਾਨੂੰ ਸਮਝ ਨਾ ਪਊਗਾ ਜੇ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਜੋ ਤੁਸੀਂ ਸੋਚਦੇ ਹੋ ਔਰ ਉਹਨੂੰ ਸ਼ਿੱਦਤ ਨਾਲ ਸੋਚਦੇ ਹੋ ਤੁਹਾਡੇ ਕੋਲੇ ਆ ਜਾਂਦਾ ਤਾਂ ਸਾਡੇ ਇਤਿਹਾਸ ਦੇ ਵਿੱਚ ਹੀ ਐਨੇ ਇਹ ਹੀ ਦਰਾਂਜਾ ਲੈਲਾ ਮਜਨ ਚਲੋ ਸਾਡੇ ਇਤਿਹਾਸ ਚ ਨਹੀਂ ਸੀ ਲੈਲਾ ਮਜਨ ਚਲੋ ਜ ਇਹ ਜਿੰਨੇ ਵੀ ਹੋਏ ਨੇ ਆਸ਼ਕ ਇਨਾਂ ਨੇ ਘੱਟ ਸਿੱਧਤ ਨਾਲ ਚਾਹਿਆ ਸਭ ਨਾਲ ਕੁੱਤੇ ਖਾਣੀਆਂ ਹੋਈਆਂ ਸਾਰੇ ਤੇ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਸਟੇਜ ਦੇ ਤੇ ਜਦ ਅਸੀਂ ਗਰੋ ਕਰ ਰਹੇ ਹੁੰਦੇ ਹਾਂ ਬਹੁਤ ਸਿੱਧਤ ਨਾਲ ਹਰ ਇਨਸਾਨ ਕੁਛ ਨਾ ਕੁਛ ਚਾਹੁੰਦਾ ਔਰ ਨਹੀਂ ਮਿਲਦਾ ਉਹਨੂੰ ਨਹੀਂ ਮਿਲਦਾ ਇਹ ਸੱਚਾਈ ਹੈ ਇਹ ਫੈਕਟ ਹੈ ਇਹ ਸਿਰਫ ਸੋਚ ਦੇ ਨਾਲ ਸਿਰਫ ਸੋਚਣ ਦੇ ਨਾਲ ਨਹੀਂ ਹੁੰਦਾ ਕੁਝ ਬਟ ਯੈਸ ਸੋਚਣ ਦੇ ਨਾਲ ਹੀ ਸਾਰਾ ਕੁਝ ਹੁੰਦਾ ਆਪਾਂ ਇਸ ਇਸ ਇਹ ਬਹੁਤ ਬਰੀਕ ਇੱਕ ਲਾਈਨ ਹੈ ਇਹ ਖਲਾਰੇ ਨੂੰ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅ ਬਾਬੇ ਨਾਨਕ ਨੇ ਸਾਰਾ ਕੁਝ ਬੜਾ ਸਿੰਪਲੀ ਗੱਲ ਕਹੀ ਹੈ ਬਿਲਕੁਲ ਫੰਡਾਮੈਂਟਲ ਜਿੱਥੋਂ ਗੱਲ ਜਿੱਥੋਂ ਸ਼ੁਰੂ ਹੋਨੇ ਜਪਜੀ ਸਾਹਿਬ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਰੰਭ ਹੁੰਦੇ ਨੇ ਉੱਥੇ ਪਹਿਲੀ ਪੌੜੀ ਪਹਿਲੀ ਪਹਿਲਾਂ ਦਾ ਇਨਵੋਕੇਸ਼ਨ ਆ ਗਈ ਤੁਹਾਡੀ ਠੀਕ ਹੈ ਉਹ ਸਭ ਮੂਲ ਮੰਤਰ ਜਿਹਨੂੰ ਆਪਾਂ ਕਹਿ ਦਿੰਨੇ ਤੇ ਉਸ ਉਸ ਤੋਂ ਪਹਿਲੀ ਪੌੜੀ ਮਤਲਬ ਉਹਦਾ ਨਾਂ ਹੀ ਪਹਿਲੀ ਪੌੜੀ ਹੈ ਸਾਨੂੰ ਜੇ ਉਹ ਸਮਝ ਆ ਜਾਵੇ ਤੇ ਸਮਝੋ ਕਿ ਤੁਹਾਡਾ ਸਫਰ ਸ਼ੁਰੂ ਹੋ ਗਿਆ 78ਵੀਂ ਜਦ ਤੁਹਾਨੂੰ ਸਮਝ ਆ ਜਾਵੇ ਕਿ ਤੁਸੀਂ ਕਿੱਥੇ ਪਹੁੰਚੋਗੇ ਯੂ ਕੈਨਟ ਇਵਨ ਇਮੇਜਿਨ ਕਿ ਕਿੱਥੇ ਪਹੁੰਚ ਸਕੋਗੇ ਤੁਸੀਂ ਉਹ ਜਿਹੜਾ 38ਵੀਂ ਪੌੜੀ ਜੇ ਤੁਹਾਨੂੰ ਸਹੀ ਸਮਝ ਆ ਜਾਵੇ ਜਿਹੜੇ ਕੰਟੈਕਸਟ ਦੇ ਵਿੱਚ ਤੁਸੀਂ ਲਾਈਫ ਬਤੀਤ ਕਰ ਰਹੇ ਹੋ ਉਸੇ ਕੰਟੈਕਸਟ ਦੇ ਵਿੱਚ ਤੋ ਪਿਛਲੀ ਵਾਰ ਇਹ ਆਪਾਂ ਚਰਚਾ ਕਰੀ ਸੀ ਕਿ ਪਹਿਲੀ ਪਰੜੀ ਪਹਿਲੀ ਗੱਲ ਸੋਚੈ ਸੋਚਣਾ ਹੋਵੇ ਜੇ ਸੋਚ ਲੱਖ ਵਾਰ ਫੇਰ ਗੁਸਤਾਖੀ ਮਾਫ ਬੁੱਧੀ ਜੀਵੀਆਂ ਤੋਂ ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਉਹ ਪ੍ਰੋਪਰਟਰੀ ਨਹੀਂ ਹੈ ਔਰ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦਾ ਸਿਰਫ ਸਹੀ ਇਹੀ ਮਤਲਬ ਹੈ ਬਿਲਕੁਲ ਨਹੀਂ ਹੈ ਉਹ ਇੱਕ ਯੂਨੀਵਰਸਲ ਟਰੂਥ ਹੈ ਉਹਨੂੰ ਤੁਸੀਂ ਕਿਸੇ ਵੀ ਐਂਗਲ ਤੋਂ ਦੇਖੋਗੇ ਤੁਸੀਂ ਲਾਈਫ ਕਿਸ ਤਰ੍ਹਾਂ ਵੀ ਬਤੀਤ ਕਰ ਰਹੇ ਹੋ ਉਸੇ ਪਰਸਪੈਕਟਿਵ ਦੇ ਵਿੱਚ ਤੁਹਾਨੂੰ ਸਮਝ ਆ ਜਾਊਗੀ ਮੈਨੂੰ ਜਿਵੇਂ ਸਮਝ ਆਈ ਮਤਲਬ ਮੈਂ ਫੇਰ ਦੁਹਰਾਦਮਾ 69 ਟੀਕੇ ਮੇ ਪੜੇ ਉਹਦੇ ਪਰ ਕਿਸੇ ਹਰੇਕ ਬੰਦੇ ਨੇ ਆਪਣੇ ਹਿਸਾਬ ਨਾਲ ਉਹਦੀ ਵਿਆਖਿਆ ਕੀਤੀ ਔਰ ਸਾਰੀਆਂ ਹੀ ਆਪਣੀ ਆਪਣੀ ਜਗ੍ਹਾ ਤੇ ਠੀਕ ਹੋਣ ਗਈਆਂ ਪਰ ਮੈਨੂੰ ਜਿਵੇਂ ਸਮਝ ਆਈ ਉਹੀ ਸਮਝ ਆਇਆ ਕਿ ਸੋਚ ਵਰਡ ਸੋਚ आले ਤੋਂ ਆਇਆ ਸਵੱਛਤਾ ਤੋਂ ਆਇਆ ਕਿ ਸੋਚੇ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ ਇਹ ਮਾਈਂਡ ਨੇ ਨੇਗੇਟਿਵ ਥਾਟ ਦੇਣਾ ਹੀ ਦੇਣਾ ਇਹ ਬਣਿਆ ਹੀ ਉਸੇ ਤਰ੍ਹਾਂ ਇਹ ਕ੍ਰੀਏਟਡ ਹੀ ਉਸੇ ਤਰ੍ਹਾਂ ਅੱਜ ਦੀ ਰੀਡ ਦੇ ਵਿੱਚ ਜੋ ਕਿ ਸਾਇੰਸ ਵੀ ਕਹਿੰਦੀ ਹੈ ਕਿ ਸੈਰੇਬਰਮ ਆ ਉੱਪਰਲਾ ਜਿਹੜਾ ਤੁਹਾਡਾ ਹਿੱਸਾ ਇਹਦਾ ਕੰਮ ਹੀ ਇਹੀ ਹੈ ਕਿ ਇਹਨੇ ਹਰ ਚੀਜ਼ ਦਾ ਵਿਸ਼ਲੇਸ਼ਣ ਕਰਨਾ ਉਹਨੂੰ ਕੱਟ ਕੇ ਸਮਝਣ ਦੀ ਕੋਸ਼ਿਸ਼ ਕਰਨੀ ਔਰ ਇਹਨੇ ਤੁਹਾਨੂੰ ਆਉਣ ਵਾਲੇ ਹਰ ਖਤਰੇ ਦੇ ਨਾਲ آگਾਹ ਕਰਾਣਾ ਕਿਉਂਕਿ ਜੇ ਤੁਸੀਂ ਖਤਰੇ ਦੇ ਨਾਲ آگਾਹ ਨਹੀਂ ਹੋਏ ਤੁਹਾਨੂੰ ਖਤਰਾ ਨਹੀਂ ਸਮਝ ਆਇਆ ਆਉਣ ਵਾਲਾ ਤੂੰ ਯੂ ਵਿਲ ਬੀ ਫਿਨਿਸ਼ਡ ਖਤਮ ਹੋ ਜਾਉਗੇ ਸਾਹਮਣੇ ਸ਼ੇਰ ਖੜਾ ਹੈ ਔਰ ਤੁਸੀਂ ਕਹਿ ਰਹੇ ਹੋਗੇ ਪਰਮਾਤਮਾ ਆਪੇ ਦੇਖੂਗਾ ਚਲਾ ਜਾਊਗਾ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਤੁਹਾਨੂੰ ਖਤਰੇ ਤੋਂ ਅਗਵਾ ਕਰਾਣੇ ਨੇ ਹਰੋ ਖਤਰਾ ਜਿਹੜਾ ਪੋਸੀਬਲੀ ਤੁਸੀਂ ਸੋਚ ਸਕਦੇ ਨੇ ਸਾਰੇ ਖਤਰੇ ਤਾਂ ਤੁਹਾਨੂੰ ਅਗਵਾ ਕਰਾਣਾ ਇਹਦਾ ਜੋਬ ਹੈ ਇਹਦਾ ਜੋਬ ਹੈ ਤੁਸੀਂ ਲਾਪਰਵਾਹ ਨਹੀਂ ਹੋ ਸਕਦੇ ਬੇਪਰਵਾਹ ਹੋਣ ਦੀ ਖੇਡ ਹੈ ਲਾਪਰਵਾਹ ਹੋਣ ਦੀ ਖੇਡ ਨਹੀਂ ਹੈ ਤਾਂ ਇਹਨੇ ਕਰੀ ਜਾਣਾ ਇਹਨੇ ਤਾਂ ਤੁਹਾਨੂੰ 네ਗੇਟਿਵ ਥਾਟ ਦੇਣਾ ਹੀ ਦੇਣਾ ਇਹਨੇ ਪੋਜ਼ਿਟਿਵ ਥਾਟ ਨਹੀਂ ਦੇਣਾ ਤੁਸੀਂ ਲੱਖ ਯਤਨ ਕਰ ਲਓ ਜਿੰਨਾ ਮਰਜ਼ੀ ਯਤਨ ਕਰ ਲਓ ਜਦ ਤੱਕ ਤੁਸੀਂ ਅਵੇਅਰ ਨਹੀਂ ਹੋ ਤੁਸੀਂ ਉਹ ਥਾਟ ਨੂੰ ਕਨਵਰਟ ਕਰ ਸਕਦੇ ਹੋ ਲੇਕਿਨ ਇਹ ਵੀ ਗੱਲ ਇੱਥੇ ਆਪਾਂ ਨੂੰ ਸਮਝ ਨਹੀਂ ਪਊਗੀ ਅੰਗਰੇਜ਼ੀ ਵਿੱਚ ਕਹਿੰਦੇ ਨੇ ਇਗਨੋਰੈਂਸ ਇਜ਼ ਅ ਬਲਿਸ ਕਿ ਜੇ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਤਾਂ ਉਹ ਆਪਣੇ ਆਪ ਦੇ ਵਿੱਚ ਬਲਿਸ ਹੈ ਮਤਲਬ ਆਨੰਦ ਹੈ ਉਹ ਬੇਫਿਕਰੀਏ ਨਜ਼ਰ ਹੈ ਪਰ ਇਗਨੋਰੈਂਸ ਇਜ਼ ਬਰੂਟਲ ਆਲਸੋ ਇਗਨੋਰੈਂਸ ਕਾਤਕ ਵੀ ਹੈ ਬਹੁਤ ਜ਼ਿਆਦਾ ਤੁਹਾਡੀ ਗੱਡੀ ਦੀ ਡਿੱਕੀ ਦੇ ਵਿੱਚ ਫੀਮ ਰੱਖ ਗਿਆ ਕੋਈ ਇੱਕ ਬੋਰੀ ਤੁਹਾਨੂੰ ਨਹੀਂ ਪਤਾ ਤੁਸੀਂ ਮਜ਼ੇ ਮਜ਼ੇ ਚੱਲੀ ਜਾ ਰਹੇ ਹੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਉਹ ਵੀ ਠੀਕ ਹੈ ਬਹੁਤ ਵਧੀਆ ਗੱਲ ਹੈ ਲੇਕਿਨ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਡਿੱਕੀ ਦੇ ਵਿੱਚ ਕੋਈ ਬੰਦੇ ਨੇ ਫੀਮ ਰੱਖਤੀ ਔਰ ਜੇ ਕਿਤੇ ਤੁਸੀਂ ਫੜੇਗੇ ਇਟ ਇਜ਼ ਬਰੂਟਲ ਆਲਸੋ ਤਾਂ ਤੁਸੀਂ ਇਹਦੇ ਸਿਗਨਲ ਜਿਹੜੇ ਨੇ ਮਾਈਂਡ ਦੇ ਜਿਹੜੇ 네ਗੇਟਿਵ ਥੌਟਸ ਨੇ ਉਹ ਤਾਂ ਆਣੀ ਆਣੇ ਨੇ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਆਣੋ ਖਤਮ ਨਹੀਂ ਕਰ ਸਕਦੇ ਉਹ ਤਾਂ ਆਣਗੇ ਹੀ ਆਣਗੇ 101% ਆਣਗੇ ਹਰੇਕ ਨੂੰ ਆਣਗੇ ਤੁਸੀਂ ਹਿੰਦੂ ਹੋ ਸਿੱਖ ਹੋ ਮੁਸਲਮਾਨ ਹੋ ਇਸਾਈ ਹੋ ਡਸਨਟ ਮੈਟਰ ਤੁਸੀਂ ਨਾਰੋ ਮਾਦਾਓ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਉਮਰ ਕਿੰਨੇ ਸਾਲ ਦੀ ਹੈ ਡਸਨਟ ਮੈਟਰ ਇਹ ਇਹ ਬਣਿਆ ਹੀ ਇਸੇ ਕਰਕੇ ਹੈ ਇਹ ਸਿਰ ਬ੍ਰਹਮ ਆਪ ਸਭ ਤੋਂ ਵੱਡਾ ਹਿੱਸਾ ਇੰਨਾ ਵੱਡਾ ਸਭ ਤੋਂ ਉੱਪਰ ਵਾਲਾ ਹਿੱਸਾ ਲੇਕਿਨ ਆ ਜਿਹੜਾ ਫਰੰਟ ਵਾਲਾ ਹਿੱਸਾ ਪ੍ਰੀਫਰੰਟਲ ਕਾਟੈਕਸ ਇਹ ਸਿਰਫ ਬਰਕਟੀ ਦੇ ਸੈਂਟਰਸ ਜਿਹਨੂੰ ਆਗਿਆ ਚੱਕਰ ਵੀ ਕਹਿੰਦੇ ਨੇ ਔਰ ਇਹ ਕਹਿੰਦੇ ਨੇ ਭਾਗ ਇੱਥੇ ਲਿਖੇ ਹੋਏ ਨੇ ਡਿਸੀਸ਼ਨ ਇਹ ਲੈਂਦਾ ਜੋ ਇਹ ਡਿਸੀਸ਼ਨ ਲੈਂਦਾ ਕੰਮ ਉਸੇ ਤਰ੍ਹਾਂ ਕਰੂਗਾ ਤੁਹਾਡਾ ਸਰੀਰ ਇਮੋਸ਼ਨ ਉਹ ਵੀ ਤੁਹਾਡਾ ਸਰੀਰ ਕਰੂਗਾ ਤੋ ਕਿਸੇ ਵੀ ਚੀਜ਼ ਦੇ ਵਿੱਚ ਕਾਮਯਾਬ ਹੋਣ ਵਾਸਤੇ ਸਭ ਤੋਂ ਪਹਿਲਾਂ ਥੌਟ ਜ਼ਰੂਰੀ ਹੈ ਤੁਹਾਡਾ ਸੋਚ ਜ਼ਰੂਰੀ ਹੈ ਦੂਸਰਾ ਉਹਦੇ ਵਿੱਚ ਯਕੀਨ ਜ਼ਰੂਰੀ ਹੈ ਤੁਹਾਨੂੰ ਉਹਦੇ ਵਿੱਚ ਬਲੀਫ ਬਹੁਤ ਜ਼ਰੂਰੀ ਹੈ ਉਪਰੋਂ ਪਰ ਤੁਸੀਂ ਸੋਚ ਰਹੇ ਹੋ ਕਿ ਮੈਂ ਕਰ ਲੂੰਗਾ ਇਹ ਜਾਂ ਕਰ ਲੂੰਗੀ ਇਹ ਲੇਕਿਨ ਤੁਹਾਨੂੰ ਅੰਦਰੋਂ ਜਿਹੜਾ ਤੁਹਾਨੂੰ ਉਹਦੇ ਤੇ ਪੂਰਾ ਭਰੋਸਾ ਨਹੀਂ ਹੈ ਤੁਹਾਨੂੰ ਬਲੀਫ ਨਹੀਂ ਹੈਗਾ ਤੁਹਾਡਾ ਥਾਟ ਬਹੁਤ ਜ਼ਰੂਰੀ ਹੈ ਬਲੀਫ ਬਹੁਤ ਜ਼ਰੂਰੀ ਹੈ ਇਹ ਦੋ ਚੀਜ਼ਾਂ ਪਹਿਲਾਂ ਤੁਹਾਡੀਆਂ ਹੋਣਗੀਆਂ ਫਿਰ ਉਹਦੇ ਉੱਤੇ ਤੁਹਾਡੇ ਇਮੋਸ਼ਨ ਉਸੇ ਹਿਸਾਬ ਨਾਲ ਕ੍ਰੀਏਟ ਹੋਣਗੇ ਜਿਸ ਤਰ੍ਹਾਂ ਦਾ ਤੁਹਾਡਾ ਥੋੜਾ ਥੋੜਾ ਤੁਹਾਨੂੰ ਹੋਗਾ ਮੈਂ ਕਰ ਲੂੰਗਾ ਜਾਂ ਕਰ ਲੂੰਗੀ ਕਿਉਂਕਿ ਚੈਲੰਜੇਸ ਤਾਂ ਆਣੇ ਨੇ ਹਰ ਕੰਮ ਦੇ ਵਿੱਚ ਚੈਲੰਜੇਸ ਆਣੇ ਨੇ ਉਹ ਉਹ ਤਾਂ ਆਣੀ ਆਣੇ ਨੇ ਤੁਸੀਂ ਰੋਕ ਕੇ ਨਹੀਂ ਸਕਦੇ ਔਰ ਉਸ ਤੋਂ ਬਾਅਦ ਉਹਦੇ ਉੱਪਰ ਤੁਸੀਂ ਇਨਐਕਟ ਵੀ ਕਰਨਾ ਹੈ ਉਹਦੇ ਤੇ ਕੰਮ ਵੀ ਕਰਨਾ ਕੋਈ ਕਲਾ ਤੁਸੀਂ ਕਹਿੰਦੇ ਮੈਂ ਕ੍ਰਿਕਟਰ ਬਣ ਜਾ ਬਹੁਤ ਵੱਡਾ ਠੀਕ ਹੈ ਤੁਹਾਡਾ ਥੋੜਾ ਆ ਗਿਆ ਲੇਕਿਨ ਤੁਹਾਨੂੰ ਬਿਲੀਵ ਵੀ ਹੋਣਾ ਚਾਹੀਦਾ ਕਿ ਮੈਂ ਬਣੂੰਗਾ ਜਾਂ ਬਣੂੰਗੀ ਮਾਈਂਡ ਨੇ ਕਿਹਾ ਛੱਡ ਪਰੇ ਤੇਰੇ ਵੱਸ ਦਾ ਨਹੀਂ ਹੈਗਾ ਇਹ ਬਹੁਤ ਮੁਸ਼ਕਲ ਹੈ ਇਹ ਬਹੁਤ ਮੁਸ਼ਕਲ ਹੈ ਇਹ ਔਰ ਤੁਸੀਂ ਹਾਰ ਤਾਂ ਜਿਹੜੇ ਮਰਜ਼ੀ ਮੂਮੈਂਟ ਤੇ ਮੰਨ ਲਓ ਜਿਹੜੀ ਮਰਜ਼ੀ ਮੂਮੈਂਟ ਦੇ ਉੱਤੇ ਹਾਰ ਮੰਨ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਮਰਜ਼ੀ ਮਨ ਕਾ ਹਾਰ ਹਾਰ ਤਾਂ ਮਨ ਕਾ ਜੀਤੇ ਜੀਤ ਪਹਿਲਾਂ ਤਾਂ ਇਹਨੇ ਤਾਂ ਤੁਹਾਨੂੰ ਕਹਿਣਾ ਹੀ ਕਹਿਣਾ ਵੀ ਗਏ ਤੁਸੀਂ ਇਹ ਹੋਣਾ ਨਹੀਂ ਮੇਰੀ ਕਿਸਮਤ ਮਾੜੀ ਹੈ ਮੈਂ ਬਹੁਤ ਕੁਝ ਕਹੂਗਾ ਲੇਕਿਨ ਤੁਹਾਡਾ ਜਿਹੜਾ ਬਲੀਫ ਹੈ ਉਹ ਸਟਰੋਂਗ ਹੋਣਾ ਚਾਹੀਦਾ ਥਾਟ ਤੁਹਾਡਾ ਸਟਰੋਂਗ ਹੋਣਾ ਚਾਹੀਦਾ ਔਰ ਫਿਰ ਉਹਦੇ ਤੇ ਇਨੈਕਟਮੈਂਟ ਦੀ ਲੋੜ ਆ ਫਿਰ ਉਹਦੇ ਤੇ ਤੁਹਾਨੂੰ ਕੰਮ ਕਰਨਾ ਪਊਗਾ ਉਹ ਕੰਮ ਵੀ ਕਰਨਾ ਪਊਗਾ ਚੈਲੰਜਸ ਆਉਂਦੇ ਰਹਿਣਗੇ ਹੁਣ ਉਹ ਉਹਨਾਂ ਉਹਨਾਂ ਦੇ ਨਾਲ ਜੂਝਣਾ ਇਹੀ ਲਾਈਫ ਹੈ ਹੁਣ ਖੇਡ ਇਹ ਹੈ ਕਿ ਹਰ ਬੰਦਾ ਹਰ ਬੰਦਾ ਇਸ ਧਰਤੀ ਤੇ ਸਭ ਤੋਂ ਅਮੀਰ ਔਰ ਸਭ ਤੋਂ ਜ਼ਿਆਦਾ ਸੇਤਿਆਬ ਹੈ ਮਤਲਬ ਜਿਹੜੇ ਬੰਦੇ ਨੂੰ ਲਕਵਾ ਹੋਇਆ ਹੋਇਆ ਉਹਦਾ ਬੁਰਾ ਹਾਲ ਹੈ ਸਰੀਰ ਦਾ ਉਹ ਵੀ ਸੇਤਿਆਬ ਹੈ ਸਮਝਾਂਗੇ ਆਪਾਂ ਇਸ ਚੀਜ਼ ਨੂੰ ਔਰ ਹਰ ਬੰਦਾ ਇਸ ਧਰਤੀ ਦੇ ਉੱਤੇ ਸਭ ਤੋਂ ਅਮੀਰ ਹੈ ਪਿਛਲੀ ਵੀਡੀਓਜ਼ ਦੇ ਵਿੱਚ ਅਪਾਂ ਚਰਚਾ ਕੀਤੀ ਸੀ ਕਿ ਮੈਂ ਆਪਣੇ ਜੀਵਨ ਦਾ ਤਜਰਬਾ ਸਾਂਝਾ ਕੀਤਾ ਸੀ ਮੈਂ ਉਹ ਲੋਕਾਂ ਨੂੰ ਜਾਣਦਾ ਜਿਹਨਾਂ ਕੋਲੇ ਪ੍ਰਾਈਵੇਟ ਜੈਟ ਪਲੇਨਸ ਆਪਣੇ 1 ਨਹੀਂ 2 2 ਉਹਨੂੰ ਵੀ ਜਾਣਦਾ ਜਿਹਨਾਂ ਕੋਲੇ ਆਪਣਾ 크ਰੂਜ਼ ਲਾਈਨ ਨੇ ਮੈਂ ਉਹਨੂੰ ਵੀ ਜਾਣਦਾ ਜਿਹੜਾ ਛੌਂਪੜੀ ਦੇ ਵਿੱਚ ਰਹਿੰਦਾ ਮੈਂ ਉਹਦੇ ਨਾਲ ਵੀ ਰਹਿ ਕੇ ਦੇਖਿਆ ਕਿਉਂਕਿ ਮੈਂ ਮਸ਼ੀਨਾਂ ਬਣਾਈਆਂ ਨੇ ساری ਜ਼ਿੰਦਗੀ ਤਾਂ بڑے بڑے ਲੋਕਾਂ ਨਾਲ ਮੇਰਾ ਵਾਹ ਵਾਸਤਾ ਰਿਹਾ ਤੇ ਮੈਂ ਦੋਨੋਂ ਐਕਸਟਰੀਮਸ ਦੇਖੇ ਉਹ ਸਾਰੇ ਦੇ ਸਾਰੇ ਠੀਕ ਹੈ ਨਾ ਤਾਂ ਇੱਧਰ ਕੋਈ ਅੰਤ ਹੈ ਤੇ ਨਾ ਇੱਧਰ ਕੋਈ ਅੰਤ ਹੈ ਜਿਹਦੇ ਕੋਲੇ ਕਰੂਜ਼ ਲਾਈਨਰ ਹੈ ਉਹਨੂੰ ਜਿਹੜਾ ਆਪਣਾ ਪ੍ਰਾਈਵੇਟ ਜੈਟ ਵਾਲਾ ਉਹ ਲੱਗਦਾ ਵੀ ਗਰੀਬ ਹੈ ਜਿਹਦੇ ਕੋਲੇ ਪ੍ਰਾਈਵੇਟ ਜੈਟ ਹੈ ਉਹਨੂੰ 60 70 ਲੱਖ ਵਾਲੀ ਗੱਡੀ ਵਾਲਾ ਗਰੀਬ ਲੱਗਦਾ ਜਿਹੜਾ 70 ਲੱਖ ਗੱਡੀ ਵਾਲਾ ਉਹਨੂੰ ਆਮ ਗੱਡੀ ਵਾਲਾ ਗਰੀਬ ਲੱਗਦਾ ਤਾਂ ਹਰੇਕ ਬੰਦੇ ਦਾ ਜਿਹੜਾ ਅਬ ਕਿ ਕਿੰਨਾ ਅਮੀਰ ਉਹ ਕੰਪੈਰੀਜ਼ਨ ਜਦੋਂ ਕਰਦਾ ਉਦੋਂ ਹੋਣ ਦੇ ਵਿੱਚ ਆਂਦਾ ਉਹ ਅਦਰਵਾਇਜ਼ ਤਾਂ ਉਹ ਆਪਣੇ ਆਪ ਦੇ ਵਿੱਚ ਯੂਨਿਕ ਹੈ ਉਹਦੇ ਕੋਲ ਇੱਕ ਸਰਮਾਇਆ x y z ਉਹਨੂੰ ਘੱਟ ਸਮਝ ਲੈ ਉਹਨੂੰ ਜ਼ਿਆਦਾ ਸਮਝ ਲੈ ਇਹ ਚੋਇਸ ਹੈ ਤੁਹਾਡੀ ਹੈਨਾ ਉਹਦੇ ਕੋਲ ਇੱਕ ਸੇਤ ਹੈ ਉਹਨੂੰ ਉਹ ਜ਼ਿਆਦਾ ਸਮਝ ਲੈ ਉਹਨੂੰ ਉਹ ਘੱਟ ਸਮਝ ਲੈ ਤਾਂ ਇਹ ਇਹ ਜਿਹੜੀ ਚੋਇਸ ਹੈ ਹੁਣ ਆਪਾਂ ਆਨੇ ਉਸ ਖਲਾਰੇ ਤੇ ਜਿੱਥੇ ਆਣਾ ਪਊ ਸ਼ਹੀਦ ਤੁੱਕ ਕੰਮ ਕੀ ਹੈ ਇੱਕ ਸਿਚੁਏਸ਼ਨ ਕ੍ਰੀਏਟ ਸਾਡੀ ਲਾਈਫ ਦੇ ਵਿੱਚ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ ਨੇ ਸਾਡੇ ਆਸ-ਪਾਸ ਇੱਕ ਘਟਨਾਕ੍ਰਮ ਚੱਲ ਰਿਹਾ ਹੁੰਦਾ ਹਰ ਵਾਰੀ ਉਹ ਜਿਹੜੀ ਸਿਚੁਏਸ਼ਨ ਹੈ ਉਹਨੂੰ ਅਸੀਂ ਇੱਕ मीनिंग ਦੇਨੇ ਆ ਇੱਕ ਮਤਲਬ ਦੇਨੇ ਆ ਉਹ ਜਿਹੇ-ਜਿਹੇ ਮਤਲਬ ਅਸੀਂ ਉਹਨੂੰ ਦੇਨੇ ਆ ਉਹਦੇ ਮੁਤਾਬਕ ਸਾਡੇ ਮਾਈਂਡ ਦੇ ਅੰਦਰ ਇਮੋਸ਼ਨ ਕ੍ਰੀਏਟ ਹੁੰਦਾ ਉਸ ਇਮੋਸ਼ਨ ਦੇ ਮੁਤਾਬਕ ਤੁਹਾਡਾ ਸਰੀਰ ਆਪਣੇ ਆਪ ਚੱਲਦਾ ਉਸ ਇਮੋਸ਼ਨ ਦੇ ਮੁਤਾਬਕ ਤੁਹਾਡਾ ਸਰੀਰ ਚੱਲਦਾ ਤੋ ਸਾਡੇ ਸਰੀਰ ਕਿਸ ਤਰ੍ਹਾਂ ਕੰਮ ਕਰੂਗਾ ਡਾਈਜੈਸ਼ਨ ਵਧੀਆ ਕਰੂਗਾ ਕਿ ਨਹੀਂ ਕਰੂਗਾ ਕਿ ਅੰਦਰਲੀ ਉਹਨੂੰ ਮਸਲਸ ਨੂੰ ਖਾ ਕੇ ਮਾਸਪੇਸ਼ੀਆਂ ਨੂੰ ਖਾ ਕੇ ਉਹਦੀ ਗਲੂਕੋਜ਼ ਬਣਾ ਕੇ ਤੁਹਾਡੇ ਸਰੀਰ ਦੇ ਵਿੱਚ ਦਿੰਦਾ ਰਹੂਗਾ ਕਿਵੇਂ ਕਰੂਗਾ ਉਹ ਤੁਸੀਂ ਨਹੀਂ ਡਿਸਾਈਡ ਕਰਦੇ ਉਹ ਤੁਹਾਡਾ ਇਹ ਈਮੋਸ਼ਨ ਡਿਸਾਈਡ ਕਰਦਾ ਤੋ ਇੱਕ ਸਿਚੁਏਸ਼ਨ ਇੱਕ ਘਟਨਾ ਘਟੀ ਉਹਨੂੰ ਅਸੀਂ ਇੱਕ मीनिंग ਦਿੱਤਾ ਉਸ मीनिंग ਉਸ ਮਤਲਬ ਦੇ ਮੁਤਾਬਕ ਇਮੋਸ਼ਨ ਕ੍ਰੀਏਟ ਹੋਈ ਉਸ ਇਮੋਸ਼ਨ ਦੇ ਮੁਤਾਬਕ ਹੀ ਤੁਹਾਡਾ ਸਰੀਰ ਚੱਲੂਗਾ ਉਸੇ ਤਰ੍ਹਾਂ ਹੀ ਬਣੂਗਾ ਪਹਿਲੀ ਗੱਲ ਤਾਂ ਇਹ ਸਮਝ ਲਓ ਕਿ ਜਿੱਥੋਂ ਸ਼ੁਰੂ ਹੋਏ ਜਰਦੀ ਸਾਹਿਬ ਸਭ ਤੋਂ ਪਹਿਲਾ ਸਟੈਪ ਫਿਰ ਦੂਸਰਾ ਫਿਰ ਤੀਸਰਾ ਤਿੰਨ ਸਟੈਪ ਦੇ ਵਿੱਚ ਗੱਲ ਹੁਕਮ ਦੀ ਲਾਅ ਆਫ ਨੇਚਰ ਦੀ ਹੋਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ हुक्मदी रजा ਦੇ ਵਿੱਚ ਚੱਲਣਾ ਪਊਗਾ ਸਿਚੁਏਸ਼ਨਸ ਡੋਟ ਚੇਂਜ ਉਹਦੇ ਹਿਸਾਬ ਨਾਲ ਹੀ ਚੱਲਣਾ ਪਊਗਾ ਫਿਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ ਲਾ ਲਾਅ ਆਫ ਨੇਚਰ ਜਿਹੜਾ ਉਹ ਆਪਣੇ ਆਪ ਉਹਨੇ ਚੱਲੀ ਜਾਣਾ ਥੋੜੇ ਵਾਸਤੇ ਮੇਰੇ ਵਾਸਤੇ ਕਿਸੇ ਵਾਸਤੇ ਵੀ ਲਾਅ ਆਫ ਨੇਚਰ ਨਹੀਂ ਬਦਲਦਾ ਨਹੀਂ ਬਦਲਦਾ ਨਹੀਂ ਬਦਲਣਾ ਨਾ ਕੁਦਰਤ ਤੁਹਾਡੇ ਤੇ ਕਰੋਪ ਕਰਦੀ ਹੈ ਨਾ ਤੁਹਾਡੇ ਨਾਲ ਪਿਆਰ ਕਰਦੀ ਉਹਦਾ ਸਿੰਪਲ ਹੈ ਇਵੇਂ ਸ਼ਿਵ ਨੂੰ ਉਹ ਕਹਿੰਦੇ ਨੇ ਠੀਕ ਹੈ ਨਾ ਕਾਲੋ ਨਾ ਮੋਕਸ਼ मतलब ਉਹ ਜਪ ਸਾਹਿਬ ਦੇ ਵਿੱਚ ਵੀ ਇਸੇ ਤਰ੍ਹਾਂ ਕਿਹਾ ਕਿ ਜਿਹੜੀ ਜਿਹੜੀ ਕੁਦਰਤ ਹੈ ਤੁਹਾਡੀ ਉਹ ਤਾਂ ਚੱਲ ਰਹੀ ਹੈ ਉਹਦਾ ਸਟ੍ਰਿਕਟ ਲਾਜ਼ ਨੇ ਉੱਪਰੋਂ ਕੁਝ ਚਿੱਟੋ ਕਿ ਥੱਲੇ ਜਾਣੀ ਹੈ ਗੁਰੂਤਵਾਕਰਸ਼ਣ ਹੈ ਇਧਰੋਂ ਉਧਰ ਜਾ ਸਕਦੀ ਜੇ ਉਧਰ ਵੀ ਗਈ ਹੈ ਤਾਂ ਕੋਈ ਨਾ ਕੋਈ ਲਾਅ ਹੈ ਉਹਦੇ ਵਿੱਚ ਤੋ ਉਹ ਤਾਂ ਚੱਲ ਰਹੀ ਹੈ ਠੀਕ ਹੈ ਹੁਕਮੀ ਹੁਕਮ ਚਲਾਏ ਰਾਓ ਨਾਨਕ ਵਿਗਸੇ ਬੇਪਰਵਾ ਵੇ ਵੇ ਪ੍ਰਵਾਹ ਵੇ ਪ੍ਰਵਾਹ ਲਾਪਰਵਾਹੀ ਲਾਪਰਵਾਹੀ ਵੇ ਪ੍ਰਵਾਹ ਵੇ ਪ੍ਰਵਾਹਿਆਂ ਦੇ ਵਿੱਚ ਹੀ ਆਨੰਦ ਹੈ ਜ਼ਿੰਦਗੀ ਦਾ ਸਭ ਤੋਂ ਅਨਮੋਲ ਗਹਿਣਾ ਜਿਹੜਾ ਉਹ ਬੇਪਰਵਾਹੀ ਹੈ ਸਿਚੁਏਸ਼ਨ ਕਿੰਨੀ ਵੀ ਮਾੜੀ ਹੋ ਸਕੇ ਉਹਦੇ ਤੋਂ ਮਾੜੀ ਹੋ ਸਕਦੀ ਹੈ ਤੁਹਾਡੀ ਸਿਹਤ ਕਿੰਨੀ ਵੀ ਮਾੜੀ ਹੋਵੇ ਉਹਦੇ ਤੋਂ ਮਾੜੀ ਹੋ ਸਕਦੀ ਹੈ ਤੁਹਾਡੀ ਸਿਹਤ ਕਿੰਨੀ ਵੀ ਚੰਗੀ ਹੋਵੇ ਉਹਦੇ ਤੋਂ ਚੰਗੀ ਹੋ ਸਕਦੀ ਹੈ ਤੁਹਾਡੇ ਕੋਲੇ ਪੈਸਾ ਕਿੰਨਾ ਵੀ ਹੋਵੇ ਉਹਦੇ ਤੋਂ ਜ਼ਿਆਦਾ ਹੋ ਸਕਦਾ ਹੈ ਇਹ ਤਾਂ ਚੱਲੀ ਜਾਊਗਾ ਡੋਪਾਮਿਨ ਰਾਸ਼ ਆਈ ਜਾਊਗਾ ਸਾਰਾ ਕੁਝ ਤੋਂ ਚਾਰ ਫੰਡਮੈਂਟਲ ਪ੍ਰਿੰਸੀਪਲ ਜਿਹੜੇ ਵੇਦਾਂ ਦੇ ਵਿੱਚ ਵੀ ਡਿਸਾਈਡ ਕੀਤੇ ਗਏ ਨੇ ਉਹ ਉਹੀ ਸਾਰੀ ਖੇਡ ਉੱਥੇ ਹੀ ਖੜੀ ਹੈ ਤੇ ਜਿਹੜਾ ਇਹ ਲਾਫ ਅਟ੍ਰੈਕਸ਼ਨ ਨੌਨਸੈਂਸ ਹੈ ਇਹ ਕੁਝ ਹੱਦ ਤੱਕ ਕਿ ਜੇ ਤੁਸੀਂ ਕਹੋ ਕਿ ਮੈਂ ਇੱਕ ਐਫਰਮੇਸ਼ਨ ਬੋਰਡ ਲਗਾ ਲਿਆ ਉਹਦੇ ਉੱਤੇ ਫਰਾਰੀ ਦੀ ਫੋਟੋ ਲਾ ਲਈਏ ਉੱਤੇ ਇੱਕ ਵੱਡਾ ਮੈਂਸ਼ਨ ਦੀ ਫੋਟੋ ਕੋਟੀ ਦੀ ਬੋਟ ਲਾ ਲਈ ਉਹਨੂੰ ਦੇਖਦਾ ਰਿਹਾ ਉਹਨੂੰ ਬਲੀਵ ਕਰਦਾ ਰਿਹਾ ਜਾਂ ਰਹੀ ਤਾਂ ਮੇਰੇ ਕੋਲੇ ਉਹ ਸਾਰਾ ਕੁਝ ਆ ਜਾਊਗਾ ਇਸ ਤਰ੍ਹਾਂ ਨਹੀਂ ਹੋਣ ਵਾਲਾ ਇਸ ਤਰ੍ਹਾਂ ਨਹੀਂ ਹੋਣ ਵਾਲਾ ਉਹ ਜ ਜਿਹਦੇ ਕੋਲ ਹੈ ਉਹ ਕਿਸੇ ਵੀ ਚੀਜ਼ ਦੇ ਵਿੱਚ ਬਲੀਵ ਕਰ ਸਕਦਾ ਜਾਂ ਕਰ ਸਕਦੀ ਹੈ ਕਿਉਂਕਿ ਉਹਦੇ ਕੋਲੇ ਫਰੀडम ਹੈ ਉਹ ਠੀਕ ਹੈ ਲੇਕਿਨ ਉਹਦੇ ਨਾਲੋਂ ਵੀ ਵਧੀਆ ਜ਼ਿੰਦਗੀ ਤੁਸੀਂ ਬਤੀਤ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਹਿਲਾਂ ਸੋਚਦੇ ਹੋ ਫਿਰ ਉਹਦੇ ਤੇ ਬਲੀਵ ਕਰਦੇ ਹੋ ਫਿਰ ਉਹਦੇ ਤੇ ਇਨਾਕਟ ਕਰਦੇ ਹੋ ਤੁਹਾਡੀ ਸੋਚ ਬਲੀਫ ਔਰ ਇਨਾਕਟਮੈਂਟ ਜਦੋਂ ਇਕ ਲਾਈਨ ਦੇ ਵਿੱਚ ਆ ਗਿਆ ਕਾਮਯਾਬੀ ਚੱਕ ਮਾਰ ਕੇ ਆਉਗੀ ਹਰ ਸਿਚੁਏਸ਼ਨ ਦੇ ਨਾਲ ਮੀਨਿੰਗ ਜਿਹੜਾ ਉਹਦੇ ਚ ਪੋਜ਼ਿਟਿਵਿਟੀ ਲੱਭਣ ਦੀ ਕੋਸ਼ਿਸ਼ ਕਰਨੀ ਹੈ ਲੇਕਿਨ ਬੇਪਰਵਾਹੀ ਲਾਪਰਵਾਹੀ ਨਹੀਂ ਇਹ ਨਹੀਂ ਹੈ ਕਿ ਤੁਸੀਂ ਇਹ ਸੋਚੀ ਜੋ ਕਿ ਸ਼ੇਰ ਖੜਾ ਦੀ ਪਰਮਾਤਮਾ ਆਪੇ ਲੈ ਜਾਊਗਾ ਨਹੀਂ ਮੈਨੂੰ ਖਾਜੂਗਾ ਮੇਰੀ ਕਿਸਮਤ ਐ ਇਸ ਤਰ੍ਹਾਂ ਨਹੀਂ ਹੋਏਗਾ ਕਿਸਮਤ ਤੁਸੀਂ ਖੁਦ ਲਿਖਦੇ ਹੋ ਆ ਜੋ ਡਿਸੀਸ਼ਨ ਤੁਸੀਂ ਲੈਂਦੇ ਹੋ ਉਹਦੇ ਹਿਸਾਬ ਨਾਲ ਲੈਂਦੇ ਹੋ ਤੋ ਕਾਮਯਾਬੀ ਚਾਹੇ ਜੀਵਨ ਦੀ ਕਾਮਯਾਬੀ ਖੜੀ ਕਿਥੇ ਸਾਰੀ ਦੀ ਸਾਰੀ ਖੂਬ ਕੰਮ ਕਰਨਾ ਕੋਈ ਦਿੱਕਤ ਨਹੀਂ ਲੇਕਿਨ ਜੇ ਹੁਣ ਪਾਣੀ ਕੱਢਣਾ ਧਰਤੀ ਦੇ ਵਿੱਚ ਉਹ ਬੋਰ ਕਰਨਾ ਠੀਕ ਹੈ ਮੰਨ ਲਓ 200 ਫੁੱਟ ਦੇ ਉੱਤੇ ਪਾਣੀ ਨਿਕਲਦਾ ਹੁਣ ਤਾਂ ਪਾਣੀ ਹੋਰ ਗਹਿਰੇ ਚਲੇ ਕੇ ਚਲੋ 1100 ਫੁੱਟ ਤੇ ਵੀ ਚਲੇਗੇ ਕੋਈ ਗੱਲ ਨਹੀਂ ਜੇ ਤੁਸੀਂ ਮੰਨ ਲਓ ਪਾਣੀ ਕੱਢਣਾ ਮੰਨ ਲਓ 200 ਫੁੱਟ ਦੇ ਉੱਤੇ ਪਾਣੀ ਆਉਂਦਾ ਤੁਸੀਂ ਇੱਕ ਇੱਕ ਫੁੱਟ ਦੇ 300 ਖੱਡੇ ਪੱਟ ਲੋ ਕੁਛ ਹੋਣ ਵਾਲਾ ਨਹੀਂ ਇੱਕੋ ਹੀ ਜਗ੍ਹਾ ਤੇ ਪੱਟਣਾ ਪਊਗਾ ਇੱਕੋ ਹੀ ਜਗ੍ਹਾ ਦੇ ਉੱਤੇ ਪੱਟਣਾ ਪਊਗਾ ਔਰ ਜਦੋਂ ਤੁਸੀਂ ਉਹਨੂੰ ਇਨਫ ਵਗੈਰਾ ਪਟਲੋਗੇ ਪਾਣੀ ਨਿਕਲੂਗਾ 101% ਪਾਣੀ ਨਿਕਲੂਗਾ ਲੇਕਿਨ ਉਹਦੇ ਵਾਸਤੇ ਸਜਗ ਹੋ ਕੇ ਸਿਚੁਏਸ਼ਨ ਨੂੰ ਜਿਹੜਾ मीनिंग ਦੇਣਾ ਜਿਹੜੀ ਤੁਹਾਡੇ ਆਸ-ਪਾਸ ਜਿਹੜੀ ਵੀ ਘਟਨਾ ਹੋਈ ਉਹਨੂੰ ਇੱਕ ਮਤਲਬ ਦੇਣਾ ਉਹ ਤੁਹਾਡੇ ਹੱਥ ਦੇ ਵਿੱਚ ਹੈ ਇਹਦੇ ਵਿੱਚ ਇਹਨੇ ਡਰਾਣਾ ਇਹਦਾ ਮਤਲਬ ਹੈ ਸਾਰਾ ਦਾ ਸਾਰ ਤੋ ਇਫ ਯੂ ਵਾਂਟ ਟੂ ਬੀ ਹੈਲਦੀ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਖੁਸ਼ਹਾਲ ਰਹਿਣਾ ਚਾਹੁੰਦੇ ਹੋ ਸਿਹਤਯਾਬ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਮਾਈਂਡ ਦੀ ਖੁਰਾਕ ਨੂੰ ਸਮਝਣਾ ਪਊਗਾ ਜੇ ਅਸੀਂ ਮਾਈਂਡ ਦੀ ਖੁਰਾਕ ਨੂੰ ਨਹੀਂ ਸਮਝ ਰਹੇ ਤਾਂ ਜ਼ੋਰ ਲਗਾ ਲੋ ਤੁਸੀਂ ਜ਼ੋਰ ਲਗਾ ਲੋ ਤੁਸੀਂ ਕਿਤੇ ਨਹੀਂ ਪਹੁੰਚਦੇ ਕਿਤੇ ਵੀ ਨਹੀਂ ਪਹੁੰਚਦੇ ਗੈਰੰਟੀਡ ਹੈ ਕਿ ਤੁਸੀਂ ਕਿਤੇ ਵੀ ਨਹੀਂ ਪਹੁੰਚਦੇ ਜੇ ਤੁਸੀਂ ਮਾਈਂਡ ਦੀ ਜਿਹੜਾ ਫੂਡ ਹੈ ਉਹ ਨੂੰ ਸਹੀ ਦਿੱਤਾ ਤਾਂ ਤੁਸੀਂ ਜਿੱਥੇ ਪਹੁੰਚੇ ਹੋ ਉਹ ਅਲਟੀਮੇਟ ਹੈ ਮੈਨੂੰ ਲੱਗਿਆ ਕਿ ਮੈਨੂੰ ਜੋ ਵੀ ਮੈਂ ਸਿੱਖਿਆ ਆਪਣੀ ਲਾਈਫ ਦੇ ਵਿੱਚ ਮਸ਼ੀਨਾਂ ਬਣਾਉਣ ਦੇ ਵਿੱਚ ਮਿੱਟੀ ਤੇ ਕੰਮ ਕਰਨ ਦੇ ਉੱਤੇ ਮਿੱਟੀ ਦੇ ਤੇ ਜਦੋਂ ਤੁਸੀਂ ਕੰਮ ਕਰੀ ਜਾਓਗੇ ਜਿਵੇਂ ਮੈਂ ਕਿਹਾ ਇੱਕੋ ਜਗ੍ਹਾ ਖੋਦੀ ਜਾਓਗੇ ਉਹਨੂੰ ਸਮਝੀ ਜਾਓਗੇ ਉਹਨੂੰ ਕਰੋਗੇ ਟਾਈਮ ਬਦ ਘੱਟ ਲੱਗ ਸਕਦਾ ਲੇਕਿਨ ਅਲਟੀਮੇਟਲੀ ਪਹੁੰਚ ਜਾਓਗੇ ਇੱਕ ਗਾਮਲੇ ਦੇ ਵਿੱਚ ਪੂਰੇ ਇੱਕ ਸਾਲ ਦੇ ਵਿੱਚ 119 ਕਿਲੋ ਅੰਬਰੂਦ ਬਿਨਾ ਰੇਸਪਰੇ ਤੋਂ ਉਗਾਨ ਦੇ ਵਿੱਚ ਅਸੀਂ ਕਾਮਯਾਬ ਹੋਏ 300 ਬੀਬੀਆਂ ਮੇਰੇ ਨਾਲ ਜੁੜੀਆਂ ਗਰੋ ਬੈਗਸ ਦੇ ਵਿੱਚ ਸਬਜ਼ੀ ਪਾਜੀ ਉਗਦੀ ਏ ਕਿਉਂ ਨਹੀਂ ਉਗਦੀ ਉਹ ਉਹ ਕਰਨ ਦੇ ਵਿੱਚ ਅਸੀਂ ਕੰਮ ਹੋਇਆ ਐਨਵਾਇਰਨਮੈਂਟ ਦੇ ਤੇ ਕੰਮ ਕਰਿਆ ਤੇ ਫਿਰ ਐਂਡ ਦੇ ਉੱਤੇ ਐਂਡ ਹਾਈ ਕਹੂੰਗਾ ਸਾਰੀ ਇਹ ਸਾਰੀ ਸ਼੍ਰੇਣਕਲਾ ਦੇ ਐਂਡ ਦੇ ਉੱਤੇ ਪ੍ਰਮਾਤਮਾ ਨੇ ਮੈਨੂੰ ਜਿਹੜੀ ਦਾਤ ਬਖਸ਼ੀ ਬਿਮਾਰੀ ਦੀ ਹਰ ਤਰ੍ਹਾਂ ਦੀ ਬਿਮਾਰੀ ਦੀ ਪੂਰੇ ਸਰੀਰ ਨੂੰ ਮੈਂ ਖੋਰ ਲਿਆ ਸੀਗਾ ਮੈਂ ਇਹਨੂੰ ਦਾਤ ਕਿਉਂ ਕਹਣਾ ਕਿਉਂਕਿ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਤੋਂ ਜੋ ਵੀ ਤੁਹਾਨੂੰ ਨੇਚਰ ਦੇ ਰਹੀ ਹੈ ਵਟ ਏਵਰ ਇਟ ਇਜ਼ ਥਰੋਇੰਗ ਐਟ ਯੂ ਯੂ ਡੋਨਟ ਹੈਵ ਐਨੀ ਚੋਇਸ ਯੂ ਡੋਨਟ ਹੈਵ ਐਨੀ ਚੋਇਸ ਦੋ ਓਨਲੀ ਚੋਇਸ ਜਿਹੜੀ ਇੱਕੋ ਹੀ ਚੋਇਸ ਤੁਹਾਡੇ ਕੋਲ ਹੈਗੀ ਹੈ ਜਾਂ ਤਾਂ ਤੁਸੀਂ ਆਪਣੇ ਆਪ ਨੂੰ ਵਿਚਾਰਾ ਸਮਝ ਲਓ ਬੇਬਸ ਸਮਝ ਲਓ ਜਾਂ ਤੁਸੀਂ ਉਸ ਉਸ ਸਿਚੁਏਸ਼ਨ ਨੂੰ ਇੱਕ मीनिंग ਦਿਓ ਉਹਦੇ ਤੇ ਕੰਮ ਕਰੋ 101% ਗਾਰੰਟੀਡ 101% ਗਾਰੰਟੀਡ ਕਿ ਤੁਸੀਂ ਕਿਤੇ ਨਾ ਕਿਤੇ ਪਹੁੰਚੋਗੇ ਮੈਂ ਇਹ ਸਾਰੀ ਚੀਜ਼ ਨੂੰ ਇਕੱਠਾ ਕਰਕੇ ਜਦੋਂ ਸਾਰੀਆਂ ਚੀਜ਼ਾਂ ਨੂੰ ਸਮਝਿਆ ਜਿੰਨੀ ਵੀ ਮਤਬੂਦ ਮੈਨੂੰ ਪਰਮਾਤਮਾ ਨੇ ਬਖਸ਼ੀ ਹੈ ਉਹਦੇ ਮੁਤਾਬਕ ਤਾਂ ਮੈਨੂੰ ਲੱਗਾ ਕਿ ਹ ਹੁਣ ਜਾਣ ਵਾਲੇ ਪਾਸੇ ਨੂੰ ਤੁਰ ਪਿਆ ਪਰ ਠੀਕ ਹੈ ਨਾ ਤੇ ਕੁਝ ਜੰਦ ਜੰਦੇ ਦਿੱਤਾ ਜਾਵੇ ਕੁਝ ਕੰਟਰੀਬਿਊਸ਼ਨ ਕੀਤਾ ਜਾਵੇ ਮਸ਼ੀਨਾ ਦੀ ਸਮਝ ਸੀ ਫੂਡ ਮੈਂ ਫਰਾਂਸ ਦੇ ਵਿੱਚ ਬਣਾਣਾ ਸਿੱਖਿਆ ਬੰਗਲੌਰ ਜੀ ਵੀ ਸਿੱਖਿਆ ਹੋਰ ਜੇ ਮੈਨੂੰ ਸ਼ੌਂਕ ਸੀਗਾ ਉਹ ਉਗਾਣਾ ਸਿੱਖਿਆ ਤਾਂ ਉਹ ਸਾਰੇ ਨੂੰ ਬਣਾ ਕੇ ਮੈਂ ਪੰਜਾਬੀ ਤਰੀਕੇ ਪੇਸਟ ਜਿਹੜੀ ਬਣਾਈ ਡਿਵੈਲਪ ਕੀਤੀ ਉਹ ਪਹਿਲਾਂ ਤਾਂ ਡਿਵੈਲਪਮੈਂਟ ਦੇ ਵਿੱਚ ਉਹਦੇ ਬਹੁਤ بڑے بڑے ਚੈਲੰਜਸ ਸੀਗੇ, ਇਸ਼ੂ ਨਹੀਂ ਚੈਲੰਜ ਸੀਗੇ ਠੀਕ ਹੈ। ਹਰ ਇੱਕ ਸਟੈਪ ਦੇ ਉੱਤੇ ਫਿਰ ਉਹਨੂੰ ਪੈਕ ਕਰਕੇ ਭੇਜਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੈਲੰਜ ਸੀਗਾ ਕਿਵੇਂ ਪੈਕ ਕੀਤਾ ਜਾਵੇ, ਗਲਾਸ ਪੈਕ ਕਰਿਆ ਜਾਵੇ, ਪੌਚ ਕਿ ਕੀਤਾ ਜਾਵੇ, ਕਿਵੇਂ ਕਰਿਆ ਜਾਵੇ। ਹਰ ਸਟੈਪ ਦੇ ਉੱਤੇ ਪ੍ਰੋਬਲਮਸ ਆਈਆਂ ਆ ਰਹੀਆਂ ਨੇ। ਹਰ ਪ੍ਰੋਬਲਮ ਤੇ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਦੇ ਆਂ ਉਸ ਕੰਵਿਕਸ਼ਨ ਦੇ ਨਾਲ ਉਸ ਬਲੀਫ ਦੇ ਨਾਲ ਕਿ ਹੋਊਗਾ? ਜੇ ਕੋਈ ਅੱਖਰ ਨਹੀਂ ਹੈ ਜਦੋਂ ਇੱਕ ਅੱਖਰ ਇਹ ਕੋਈ ਜਗ੍ਹਾ ਤੇ ਤੁਸੀਂ ਖੋਦੇ ਜਾਓ 101% 101% ਤੁਸੀਂ ਕਾਮਯਾਬ ਹੋ ਸਮਾਂ ਕਿੰਨਾ ਲੱਗੂਗਾ ਨਹੀਂ ਪਤਾ ਐਫਰਟ ਕਿੰਨਾ ਲੱਗੂਗਾ ਨਹੀਂ ਪਤਾ ਪਰ ਕਾਮਯਾਬੀ ਤੁਹਾਡੀ ਡਿਸਾਈਨ ਤੁਹਾਡਾ ਕਰਦਾ ਕਿ ਜਿਹੜੀ ਸਿਚੁਏਸ਼ਨ ਹੈ ਉਹਦੇ ਨਾਲ ਤੁਸੀਂ मीनिंग ਕੀ ਜੋੜਦੇ ਹੋ ਉਸ ਮਤਲਬ ਦੇ ਮੁਤਾਬਕ ਤੁਹਾਡਾ ਇਮੋਸ਼ਨ ਹੋਊਗਾ ਉਸ ਇਮੋਸ਼ਨ ਦੇ ਹਿਸਾਬ ਨਾਲ ਤੁਸੀਂ ਕੰਮ ਕਰੋਗੇ ਜੇ ਤੁਸੀਂ ਇਹ ਸਮਝਣ ਲੱਗ ਜਓ ਕਿ ਮੇਰਾ ਕੁਝ ਨਹੀਂ ਹੋ ਸਕਦਾ ਮੇਰੇ ਨਾਲ ਹੀ ਸਾਰਾ ਕੁਝ ਹੁੰਦਾ ਮੈਂ ਬਦਕਿਸਮਤ ਹਾਂ ਤੁਸੀਂ ਬਦਕਿਸਮਤ ਹੋ ਜੇ ਤੁਸੀਂ ਇਹ ਸੋਚੋਗੇ ਕਿ ਮੈਂ ਮੈਂ ਠੀਕ ਨਹੀਂ ਹੋ ਸਕਦਾ ਜਾਂ ਨਹੀਂ ਹੋ ਸਕਦੀ ਤੁਸੀਂ ਨਹੀਂ ਹੋ ਸਕਦੇ ਪਲਸੀਬੋ ਇਫੈਕਟ ਇਹਦੇ ਬਾਰੇ ਵੀ ਚਰਚਾ ਕਰੀ ਸੀਗੀ ਤੋਂ ਲਾਫ ਅਟ੍ਰੈਕਸ਼ਨ ਜਿਹੜਾ ਹੈ ਉਹ ਪਲਸੀਬੋ ਇਫੈਕਟ ਜਿਹੜੇ ਤੁਹਾਡਾ ਉਹਨੂੰ ਐਕਟੀਵੇਟ ਕਰਦਾ ਉਹਦਾ ਬੈਨੀਫਿਟ ਤੁਹਾਨੂੰ ਮਿਲਦਾ ਆਦਰਵਾਇਜ਼ ਇਹਨੂੰ ਸਹੀ ਕਨਸੈਪਟ ਦੇ ਪ੍ਰਿੰਸੀਪਲ ਦੇ ਵਿੱਚ ਸਮਝਣਾ ਪਊਗਾ ਤੁਸੀਂ ਸਭ ਤੋਂ ਅਮੀਰ ਤੁਸੀਂ ਸਭ ਤੋਂ ਸਿਹਤਯਾਬ ਹੋ ਸਿਰਫ ਮਾਈਂਡ ਦੀ ਖੁਰਾਕ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਜਦੋਂ ਤੁਹਾਡੇ ਮਾਈਂਡ ਦੀ ਖੁਰਾਕ ਜਿਹੜੀ ਸਹੀ ਹੈ ਹੋ ਗਈ ਤਾਂ ਸਭ ਕੁਝ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਇਹ ਜਿਹੜੀ জারਨੀ ਹੈ ਜਿਹੜਾ ਮੇਲਾ ਹੈ ਕਿਉਂਕਿ ਜਿਹੜੇ ਸੁਪਨੇ ਨੇ ਨਾ ਇਹ ਬਣ ਇਹ ਬਣੇ ਹੀ ਪ੍ਰਾਪਤ ਹੋਣ ਵਾਸਤੇ ਨੇ ਜਦ ਤੁਸੀਂ ਸੁਪਨੇ ਨੂੰ ਪ੍ਰਾਪਤ ਕਰ ਲੈਂਦੇ ਹੋ ਉਹ ਖਤਮ ਹੋ ਜਾਂਦਾ ਇੱਕ ਨਵਾਂ ਸੁਪਨਾ ਉੱਥੋਂ ਨਿਕਲਦਾ ਤੁਸੀਂ ਉਹਨੂੰ ਚੇਸ ਕਰਦੇ ਹੋ ਉਹ ਖਤਮ ਹੋ ਜਾਊਗਾ ਤਾਂ ਸਵਾਲ ਏਮ ਉਥੇ ਟਾਰਗੇਟ ਦਿੱਤਾ ਹੈ ਹੀ ਨਹੀਂ ਸਵਾਲ ਤਾਂ ਜਰਨੀ ਦਾ ਕਿ ਜਰਨੀ ਨੂੰ ਤੁਸੀਂ ਕਿਵੇਂ ਇੰਜੋਏ ਕਰਦੇ ਹੋ ਜਦੋਂ ਪੰਜਾਬੀ ਤੇਰੀ ਪੇਸਟ ਮੈਂ ਬਣਾਣੀ ਸ਼ੁਰੂ ਕੀਤੀ ਕਿਉਂਕਿ ਲੇਟੈਸਟ ਇੰਡੈਵਰ ਮੇਰਾ ਤਾਂ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਤੇ ਉਹਨੂੰ ਜਦੋਂ ਬਣਾਉਣਾ ਸ਼ੁਰੂ ਕਰਿਆ ਇੱਕ ਇੱਕ ਚੈਲੰਜ ਆਉਂਦਾ ਰਿਹਾ ਇੱਕ ਇੱਕ ਨੂੰ ਅਸੀਂ ਸਾਰ ਕਰਦੇ ਰਹੇ ਇੱਕ ਇੱਕ ਚੈਲੰਜ ਨੂੰ ਕਰਦੇ ਆ ਅੱਜ ਵੀ ਕਰ ਰਹੇ ਆ ਪਹਿਲਾਂ ਟੇਸਟ ਨੂੰ ਲੈ ਕੇ ਸੀਗਾ ਬਿਲਕੁਲ ਪੁਰਾਤਨ ਜਿਹੜਾ ਟੇਸਟ ਹੈ ਉਹਦੇ ਵਿੱਚ ਹਰੇਕ ਕਿਉਂਕਿ ਫੂਡ ਹੀ ਕਹੇ ਦੀ ਚੀਜ਼ ਹੈ ਹਰੇਕ ਦੀ ਆਪਣੀ ਚੁਆਇਸਸ ਹੁੰਦੀਆਂ ਫੇਰ ਵੀ ਮਤਲਬ ਮੈਂ ਕਹਾ ਕਿ 99.9% ਲੋਕਾਂ ਨੂੰ ਟੇਸਟੀ ਲੱਗੀ ਬਟ ਹਰੇਕ ਨੇ ਆਪਣਾ ਆਪਣਾ ਕੋਈ ਉਹਦੇ ਵਿੱਚ ਇਨਪੁਟ ਦਿੱਤਾ ਕਿਸੇ ਨੂੰ ਲੱਗਾ ਕਿ ਇਹਦੇ ਵਿੱਚ ਕੱਚਾ ਪਿਆਜ਼ ਮੂੰਹ ਦੇ ਵਿੱਚ ਆਉਣਾ ਚਾਹੀਦਾ ਕਿਸੇ ਫਿਰ ਉਹਨੂੰ ਜੇ ਹਾਫ ਕੁਕ ਕਰਿਆ ਤਾਂ ਕਈ ਲੱਗਿਆ ਕਿ ਜੀ ਇਹ ਥੋੜਾ ਜਿਆਦਾ ਮਿੱਠਾ ਹੋ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਕਰਦੇ 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 ਇੱਕ ਲਾਸਟ ਇੱਕ ਅਸੀਂ ਯੂਨੀਕ ਹੈ ਜਿਹਾ ਟੇਸ ਜਿਹਦੀ ਮਤਲਬ 99.999% ਲੋਕਾਂ ਨੂੰ ਉਹ ਸਵਾਦ ਜਿਹੜਾ ਭਾਲਦੇ ਸੀ ਉਹ ਸਾਰਾ ਕੁਝ ਉੱਥੇ ਉਹ ਮਿਲ ਗਿਆ ਬਟ ਇੰਨੀ ਇੰਨੀ ਇਸ ਦੌਰਾਨ ਮੇਰੀ ਇਸ ਜਰਨੀ ਦੇ ਦੌਰਾਨ ਜਿਹੜੇ ਜਿਹੜੇ ਲੋਕਾਂ ਨੇ ਉਸ ਚੀਜ਼ ਨੂੰ ਮੈਨੂੰ ਸਪੋਰਟ ਕਰਿਆ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਹੁਣ ਅਸੀਂ ਇਸ ਪੋਜੀਸ਼ਨ ਤੇ ਪਹੁੰਚ ਗਏ ਕਿ ਇੱਕ ਤਾਂ ਇਨਗਰੀਡੀਅੰਟ ਨੇ ਜਿਹੜੇ ਉਹਦਾ ਰੌਅ ਮੈਟਰਲ ਹੈ ਉਹ ਕੋਈ ਬਲਕ ਸਪਲਾਈ ਤਾਂ ਹੈ ਨਹੀਂ ਉਹਦੀ ਇੱਕ ਲਿਮਿਟਿਡ ਸਪਲਾਈ ਹੈ ਉਸ ਤੋਂ ਬਾਅਦ ਹੋਣੀ ਨਹੀਂ ਹੈਗੀ ਬਣਦਾ ਬੜਾ ਟਾਈਮ ਲੈ ਕੇ ਹੈ 6 6.5 ਘੰਟੇ ਲੱਗਦੇ ਆ ਔਰ ਆਈ ਕੁਕ ਇਟ ਮਾਈਸੈਲਫ ਮੈਂ ਜਿਵੇਂ ਆਪਣੇ ਪਰਿਵਾਰ ਵਾਸਤੇ ਬਣਾਉਣਾ ਉਵੇਂ ਹੀ ਬਣਾਉਣਾ ਮੇਰੇ ਵਾਸਤੇ ਆਨ ਮਾਈਂਡਿੰਗ ਮੈਨੂੰ ਮਜ਼ਾ ਆਉਂਦਾ ਸਵੇਰੇ ਉੱਠ ਕੇ ਉਹਨੂੰ ਬਣਾ ਕੇ ਤੇ ਪੈਕ ਕਰ ਮੈਂ ਮਤਲਬ ਮੈਨੂੰ ਬਹੁਤ ਨਜ਼ਾਰਾ ਆਉਂਦਾ ਉਹਦੇ ਤੋਂ ਹੁਣ ਫਾਈਨਲੀ ਉਹਦੀ ਜਿਹੜਾ ਇੱਕ ਕਮਿਊਨਿਟੀ ਬਣਾ ਲਈ ਮੈਂ ਵੀ ਉਹਦੇ ਤੋਂ ਬਿਯੋਂਡ ਸ਼ਾਇਦ ਅਸੀਂ ਉਹਨੂੰ ਵੇਚ ਵੀ ਨਹੀਂ ਪਾਵਾਂਗੇ। ਤੋਂ ਇਹ ਇੱਕ ਆਫ ਸ਼ੂਟ ਨਿਕਲਿਆ ਹੈ ਗੱਲ ਦੇ ਵਿੱਚ ਬਟ ਇਹ ਦੱਸਣ ਦਾ ਸਿਰਫ ਇਹ ਮਕਸਦ ਹੈਗਾ ਕਿ ਕੁਝ ਵੀ ਤੁਸੀਂ ਸ਼ੁਰੂ ਕਰੋ। ਕੁਝ ਵੀ ਸ਼ੁਰੂ ਕਰੋ ਆਪਣੀ ਲਾਈਫ ਦੇ ਵਿੱਚ। ਕੰਸਿਸਟੈਂਟ ਰਹਿਣਾ ਜ਼ਰੂਰੀ ਹੈ ਉਹਦੇ ਤੇ ਲਗਾਤਾਰਤਾ ਬਹੁਤ ਜ਼ਰੂਰੀ ਹੈ। ਇਹਨੇ ਡਰਾਣਾ ਤੁਹਾਨੂੰ ਹਰ ਵੇਲੇ ਚੁੱਪੇ ਚੁੱਪ ਨਾ ਹੋਵੇ। ਨਾ ਇਹ ਚੁੱਪ ਕਰਨਾ ਥੌਟ ਦੇ ਹੀ ਜਾਣੇ ਨੇ ਔਰ 네ਗੇਟਿਵ ਥੌਟ ਦੇ ਹੀ ਜਾਣੇ ਨੇ 네ਗੇਟਿਵ ਅਵੇਅਰ ਹੋ ਕੇ ਉਹਨੂੰ ਪੋਜ਼ਿਟਿਵ ਵਾਲੇ ਪਾਸੇ ਸਟੇਅਰ ਕਰਨਾ ਪਊਗਾ ਲੇਕਿਨ ਇੱਥੇ ਫੇਰ ਉਹੀ ਦੋ ਅੱਖਰਾਂ ਦਾ ਧਿਆਨ ਰੱਖਣਾ ਪਊਗਾ ਬੇਪਰਵਾਹੀ ਲਾਪਰਵਾਹੀ ਨਹੀਂ ਲਾਪਰਵਾਹੀ ਤੁਹਾਨੂੰ ਮਰਵਾ ਦੋਗੀ ਗੈਰੰਟੀਡ ਮਰਵਾ ਦੋਗੀ ਸਕਸੈਸ ਇਸ ਹੈਪੀਨੈਸ ਜੋ ਹੈਪੀਨੈਸ ਹਰ ਬੰਦਾ ਖੁਦ ਕ੍ਰੀਏਟ ਕਰਦਾ ਸੈਡਨੈਸ ਵੀ ਖੁਦ ਕ੍ਰੀਏਟ ਕਰਦਾ ਵੱਡਾ ਛੋਟਾ ਕੋਈ ਹੈ ਹੀ ਨਹੀਂ ਵੱਡਾ ਛੋਟਾ ਕੋਈ ਹੈ ਨਹੀਂ ਤਾਂ ਇਹ ਇਹ ਜਿਹੜੀ ਨੌਨਸੈਂਸ ਹੈ ਕਿ ਤੁਸੀਂ ਫੋਟੋ ਲਗਾ ਲੋਗੇ ਔਰ ਪੈਸੇ ਬਾਰੇ ਸੋਚੀ ਜੋ ਕਿ ਤੁਹਾਡੇ ਕੋਲੇ ਆਈ ਜਾਊਗਾ ਤਾਂ ਇਹ ਸਾਰਾ ਕੁਝ ਹੋਊਗਾ ਉਹਦੇ ਤੇ ਫੋਕਸ ਕਰਨ ਨਾਲੋਂ ਆਪਣੇ ਕੰਮ ਦੇ ਉੱਤੇ ਜੇ ਤੁਸੀਂ ਫੋਕਸ ਕਰਦੇ ਹੋ ਜਿਹੜੀ ਤੁਹਾਡੀ ਸਿਚੁਏਸ਼ਨ ਜਿਹੜੀ ਬਣ ਗਈ ਜੋ ਸਿਚੁਏਸ਼ਨ ਹੈ ਉਹਦੇ ਨਾਲ ਤੁਸੀਂ ਕੀ मीनिंग ਜੋੜਦੇ ਹੋ ਉਹ ਡਿਸਾਈਡ ਕਰੂਗਾ ਕਿ ਤੁਹਾਡਾ ਇਮੋਸ਼ਨ ਕਹੇ ਜਾਊਗਾ ਇਮੋਸ਼ਨ ਤੁਹਾਡਾ ਜਿਹੜਾ ਡਿਸਾਈਡ ਕਰੂਗਾ ਕਿ ਤੁਹਾਡਾ ਸਰੀਰ ਕਿਵੇਂ ਚੱਲੂਗਾ ਸਾਰਾ ਦਾ ਸਾਰਾ ਹਾਰਟਬੀਟ ਤੇ ਹੀ ਚੱਲੂਗੀ ਸਾਹ ਹਰ ਵੇਲੇ ਚੜਿਆ ਰਹੂਗਾ ਕਿ ਤੁਹਾਡੇ ਮਸਲਸ ਨੂੰ ਖਾ ਖਾ ਕੇ ਅ ਸ਼ੂਗਰ ਬਣਾ ہوا ਕorticol ਸੈਕ੍ਰੀਸ਼ਨ ਹੋ ਰਹੀ ਹੈ ਇਹਦੇ ਤੇ ਅਲੱਗ ਤੋਂ ਮੈਂ ਵੀਡੀਓ ਬਣਾ ਚੁੱਕੇ ਹਾਂ ਕਿ ਹਰ ਬਿਮਾਰੀ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਹੈ ਤੁਹਾਡੀ ਉਹ ਮਾਈਂਡ ਤੋਂ ਸ਼ੁਰੂ ਹੁੰਦੀ ਹੈ ਇਫ ਯੂ ਆਰ ਸਟ੍ਰੈਸਡ ਤਾ ਯੂ ਆਰ ਬਾਉਂਡ ਟੂ ਗੈਟ ਏਵਰੀਥਿੰਗ ਜੇ ਤੁਸੀਂ ਸਟ੍ਰੈਸਡ ਹੋ ਤੁਸੀਂ ਜਿੰਨਾ ਮਰਜੀ ਵਧੀਆ ਖਾ ਲੋ ਜਿੰਨੀ ਮਰਜੀ ਐਕਸਰਸਾਈਜ਼ ਕਰ ਲੋ ਜੋ ਮਰਜੀ ਕਰ ਲੋ ਤੁਹਾਨੂੰ ਬਲੱਡ ਸ਼ੂਗਰ ਹੋਣੀ ਗੈਰੰਟੀਡ ਹੈ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋਣਾ ਗੈਰੰਟੀਡ ਹੈ ਔਰ ਇਹ ਜਦੋਂ ਇਹ ਜਦੋਂ ਤੁਹਾਡੀ ਸ਼ੂਗਰ ਜ਼ਿਮ ਬੈਲੈਂਸ ਹੋ ਗਿਆ ਤੁਹਾਡੇ ਸਰੀਰ ਵਿੱਚ ਤਾਂ ਸਾਰੀਆਂ ਬਿਮਾਰੀਆਂ 100% ਇਹ ਸਰੀਰ ਬਣਾਇਆ ਕੁਦਰਤ ਨੇ ਇਸ ਤਰ੍ਹਾਂ ਕਿ ਇਹ ਚੀਨੀ ਤੇ ਚੱਲਦਾ ਗਲੂਕੋਜ਼ ਤੇ ਚੱਲਦਾ ਗਲੂਕੋਜ਼ ਨੂੰ ਸੜ ਕੇ એનર્ਜੀ ਬਣਾਉਂਦਾ ਔਰ ਚੀਨੀ ਚੇਪਕਦੀ ਹੋ ਸਾਰੇ ਸਰੀਰ ਦੇ ਵਿੱਚ ਟੜੜੇ ਚਿਪਕੀ ਜਾਣੀ ਹੈ ਇੱਕ ਪੁਰਜਾ ਵੀ ਲਾਇਆ ਕਿ ਚੀਨੀ ਸਿਰਫ 5 ਕਿ ਗ੍ਰਾਮ ਰਹੇ ਬਾਕੀ ਕੱਢ ਦਵੇ ਉਹ ਸਰੀਰ ਦੇ ਵਿੱਚ ਪੈਂਕਰੀਆ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਡਿਸਫੰਕਸ਼ਨ ਤੇ ਵੀ ਆਪਾਂ ਗੱਲਾਂ ਕਰੀਆਂ ਨੇ ਤੋ ਮੂੰਹ ਨਾਲੋਂ ਉੱਪਰ ਇਹ ਮਾਈਂਡ ਇਹ ਇਹਦੇ ਥੱਲੇ ਆ ਸਰੀਰ ਤੁਹਾਡਾ ਤੋ ਜਿਹੜੀ ਵੀ ਖੁਰਾਕ ਜਦ ਤੱਕ ਤੁਸੀਂ ਮਨ ਦੀ ਖੁਰਾਕ ਨੂੰ ਮੈਂ ਸਮਝਦੇ ਜਦ ਤੱਕ ਇਹਨੂੰ ਫੂਡ ਨੂੰ ਤੁਸੀਂ ਸਹੀ ਨਹੀਂ ਕਰਦੇ ਉਦੋਂ ਤੱਕ ਕੋਈ ਹੱਲ ਹੈ ਹੀ ਨਹੀਂ ਤੇ ਜੇ ਤੁਸੀਂ ਇਹਨੂੰ ਸਹੀ ਕਰ ਲਿਆ ਤੁਹਾਡੀ ਫਿਜ਼ੀਕਲ ਕੰਡੀਸ਼ਨ ਕਿੰਨੀ ਵੀ ਮਾੜੀ ਹੈ ਤੁਸੀਂ ਉਹਦੇ ਤੋਂ ਬਾਹਰ ਆ ਜਾਓਗੇ ਗਾਰੰਟੀਡ ਬਾਹਰ ਆ ਜਾਓਗੇ ਤੇ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨਸ ਤਾਂ ਤੁਸੀਂ ਇਸ ਦੁਨੀਆ ਦੇ ਸਭ ਤੋਂ ਸਿਹਤਯਾਬ ਬੰਦੇ ਹੋ ਜੇ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਥਾਟ ਕੰਮ ਕਰਨ ਦਾ ਕਿਉਂਕਿ ਮੋਕਸ਼ ਚੌਥਾ ਪਿਲਰ ਮੰਨਦੇ ਨੇ ਇਸ ਧਰਤੀ ਤੇ ਆਏ ਬੰਦੇ ਦਾ ਪਹਿਲਾ ਜਿਹੜਾ ਉਹ ਕਰਮ ਹੈ ਸਭ ਤੋਂ ਪਹਿਲਾਂ ਕਰਮ ਹੈ ਫਿਰ ਉਸ ਤੋਂ ਬਾਅਦ ਅਰਥ ਹੈ ਪੈਸਾ ਅਰਥ ਮਤਲਬ ਤੁਹਾਡੇ ਕੋਲੇ ਸਾਧਨ ਸੰਸਾਧਨ ਵੀ ਹੋਣੇ ਚਾਹੀਦੇ ਆ ਉਹਨੂੰ ਜੁਟਾਉਣ ਵਾਸਤੇ ਤੁਹਾਨੂੰ ਕੰਮ ਕਰਨਾ ਪਊਗਾ ਫਿਰ ਕਾਮ ਔਰ ਫਿਰ ਮੋਕਸ਼ ਇਹ ਚਾਰ ਸਟੈਪ ਨੇ ਆ ਬਾਬਾ ਨਾਨਕ ਕਿਰਪਾ ਕਰੇ ਸਾਨੂੰ ਆਪਣੇ ਜੀਵਨ ਦੇ ਪਰਸਪੈਕਟਿਵ ਦੇ ਵਿੱਚ ਨਾਨਕ ਦੀ ਉਂਗਲੀ ਫੜ ਕੇ 38 ਪੌੜੀਆਂ ਚੜਾ ਦੇਵੇ ਹੋਰ ਕੁਝ ਚਾਹੀਦਾ ਹੀ ਨਹੀਂ ਤੁਹਾਨੂੰ ਇਹ ਸਾਰੇ ਜੀਵਨ ਦੇ ਵਿੱਚ ਤੋਂ ਸੀਕਰੇਟਸ ਜਿਹੜਾ ਹੈ ਉਦੇ ਸੀਕ੍ਰਟ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਐਵੇਂ ਇਹ ਨਾ ਸੋਚੀ ਜਾਈਏ ਕਿ ਜਿਵੇਂ ਉਹਨੂੰ ਐਡਾ ਬੜਾ ਗਿਮਕੀ ਬਣਾਤਾ ਕਿ ਤੁਸੀਂ ਬਸ ਸੋਚੀ ਜਾਓ ਸੋਚੀ ਜਾਓ ਸੋਚੀ ਜਾਓ ਔਰ ਤੁਸੀਂ ਉਹ ਤੁਹਾਡੇ ਕੋਲੇ ਆ ਜਾਊਗਾ ਨਹੀਂ ਆਣਾ ਨਹੀਂ ਆਣਾ ਨਹੀਂ ਆਣਾ ਨਹੀਂ ਆਣਾ ਜਿਹਦੇ ਕੋਲੇ ਆ ਗਿਆ ਹੋਇਆ ਉਹ ਜੋ ਮਰਜ਼ੀ ਕਥਾ ਕਹਾਣੀ ਸੁਣਾਈ ਦੇਵੇ ਲੇਕਿਨ ਜਿਹਦੇ ਕੋਲ ਆ ਵੀ ਗਿਆ ਉਹਦੇ ਕੋਲੇ ਵੀ ਬਹੁਤ ਸਾਰੀਆਂ ਘਾਟਾਂ ਨੇ ਇਸ ਜ਼ਮੀਨ 'ਤੇ ਮੁਕੰਮਲ ਜਹਾ ਕਿਸੇ ਕੋ ਨਹੀਂ ਮਿਲਦਾ ਕਹਿੰਦਾ ਕਿਸੇ ਕੋ ਜ਼ਮੀਨ ਤੋਂ ਕਿਸੇ ਕੋ ਆਸਮਾਨ ਨਹੀਂ ਮਿਲਦਾ ਖੇੜ ਇਹ ਹੈ ਕਿ ਤੁਹਾਡੇ ਕੋਲ ਸਭ ਕੁਝ ਹੁੰਦੇ ਹੋਏ ਵੀ ਤੁਹਾਡੀ ਜਿਹੜੀ ਫੋਕਸ ਹੈ ਉਹ ਘਾਟ ਵਾਲੇ ਪਾਸੇ ਆ ਫੋਕਸ ਤੁਹਾਡਾ ਹੋਣਾ ਚਾਹੀਦਾ ਕਿ ਮੇਰੇ ਕੋਲ ਕੀ ਹੈ ਔਰ ਇਹ ਸਾਰੀ ਸਿਚੁਏਸ਼ਨ 'ਚ ਮੇਰੇ ਨਾਲ ਚੰਗਾ ਕੀ ਹੋਇਆ ਮਾੜਾ ਕੀ ਕੀ ਹੋ ਸਕਦਾ ਇਹਦੇ ਬਾਰੇ ਵੀ ਸੋਚਣਾ ਲੇਕਿਨ ਉਹਦੇ ਬਹਾਵ ਦੇ ਵਿੱਚ ਨਹੀਂ ਜਾਣਾ ਅੱਜਕੱਲ ਅਖਰ ਦਾ ਪ੍ਰਚਲਨ ਹੈ ਮਾਈਂਡਫੁਲਨੈਸ ਪਰ ਜਿਹੜਾ ਮਾਈਂਡਫੁਲ ਹੈ ਉਹ ਡਬਲ ਐਲ ਨਾਲ ਨਹੀਂ ਸਿੰਗਲ ਐਲ ਨਾਲ ਲਿਖਿਆ ਹੁੰਦਾ ਫੁੱਲ ਡਬਲ ਐਲ ਨਾਲ ਜਿਹੜਾ ਮਤਲਬ ਭਰੇ ਹੋਏ ਮਾਈਂਡ ਨਾਲ ਫੁੱਲ ਸਿੰਗਲ ਐਲ ਦੇ ਨਾਲ ਮਤਲਬ ਪੂਰੇ ਮਨ ਦੇ ਨਾਲ ਤੋਂ ਖੇੜੀ ਸਾਰੀ ਅਵੇਰਨੈਸ ਦੀ ਹੈ ਖੇੜੀ ਸਾਰੀ ਅਵੇਰਨੈਸ ਦੀ ਹੈ ਜਿਹੜੀ ਮੈਡੀਟੇਸ਼ਨ ਹੈ ਅੱਖਾਂ ਬੰਦ ਕਰਨਾ ਨਹੀਂ ਹੈਗਾ ਜੇ ਤੁਸੀਂ ਬੰਦ ਕਰਕੇ ਅੱਖਾਂ ਬੈਠ ਜਿਓਗੇ ਤਾਂ ਜਿਹੜਾ ਥਾਟ ਵਿਚਾਰ ਤੁਹਾਡੇ ਦਿਮਾਗ ਜਾਊਗਾ ਉਹਦੇ ਨਾਲ ਹੀ ਉਂਗਲ ਲਗਾ ਕੇ ਤੁਹਾਨੂੰ ਕਿਤੇ ਨਾ ਕਿਤੇ ਹੋਰ ਲੈ ਜਾਊਗਾ ਗੁਰਦੁਆਰੇ ਮੰਦਰ ਮਸਜਿਦ ਜਿਹੜਾ 뮤ਜ਼ਿਕ ਜਿਹਨੂੰ ਅਸੀਂ ਕਹ ਕਹਨੇ ਆ ਉਹ 뮤직 ਸਾਨੂੰ इमोਸ਼ਨਲੀ ਜੋੜਦਾ ਉਹਦੇ ਨਾਲ ਉਹ ਉਹ ਅੱਖਰ ਕੀ ਕਹਿ ਰਹੇ ਨੇ ਉਹਦੇ ਬਾਰੇ ਫੋਕਸ ਨਹੀਂ ਹੁੰਦਾ ਬਹੁਤ ਸਾਰੇ ਲੋਕਾਂ ਦਾ ਠੀਕ ਹੈ ਨਾ ਉਹ ਕੀਰਤਨ ਚੱਲਦੇ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਉਹਨੂੰ ਪੁੱਛੋਗੇ ਅਗਲੀ ਲਾਈਨ ਕੀ ਸੀ ਨਹੀਂ ਪਤਾ इमोਸ਼ਨਲੀ ਤੁਸੀਂ ਉਸ ਵੇਲੇ ਖੁਸ਼ ਹੋਗੇ ਕਿਉਂਕਿ ਅੰਦਰ ਤੁਹਾਡੇ ਉਹ ਭਾਵ ਪੈਦਾ ਹੋ ਗਿਆ ਰਾਈਟ ਲੇਕਿਨ ਜੇ ਅਸੀਂ ਚੀਜ਼ਾਂ ਨੂੰ ਸਮਝੀਏ ਅਵੇਅਰ ਹੋਈਏ ਜਿਹੜਾ ਥਾਟ ਹੋਊਗਾ ਅਬ ਉਹਦੇ ਤੇ ਬਲੀਵ ਕਰੀਏ ਉਹਦੇ ਤੇ ਯਕੀਨ ਕਰੀਏ ਅੰਦਰ ਡਾਊਟ ਆਂਦਰੇ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਤਾਂ ਨਹੀਂ ਹੋਊਗਾ ਔਰ ਲਾਸਟ ਐਂਡ ਫਾਈਨਲ ਔਨ ਦਾ ਕਾਸਟ ਆਫ ਰਿਪੀਟਿੰਗ ਮਾਈਸੈਲਫ ਇਖਤੀਸਦੀ ਮੈਂ ਬਾਰੀ 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 ਕਹਿ ਰਹੇ ਹਾਂ ਸਿਕਰਟ ਕੀ ਹੈ ਸਿਕਰਟ ਇਹ ਹੈ ਕਿ ਹਰ ਸਿਚੁਏਸ਼ਨ ਨੂੰ ਅਸੀਂ ਇੱਕ ਮਤਲਬ ਦੇਨੇ ਆ ਉਹ ਮਤਲਬ ਜਿਹੜਾ ਦੇਣਾ ਉਹ ਸਾਡੇ ਹੱਕ ਦੇ ਵਿੱਚ ਹੈ ਉਹ ਸਾਡੇ ਕੰਟਰੋਲ ਦੇ ਵਿੱਚ ਹੈ ਉਹ ਮਤਲਬ 네ਗੇਟਿਵ ਇਹ ਨਹੀਂ ਸੈਰੇਬਰਮ ਨੇ ਜਿੰਨਾ ਕੁਝ ਅਸੀਂ ਮਾੜਾ ਦੇਖਿਆ ਸਾਰਾ ਕੁਝ ਤੁਹਾਨੂੰ ਇਹ ਉਹ ਸੁਝਾ ਦੂਗਾ ਉਹ ਇਹਦਾ ਕੰਮ ਹੈ ਉਹਦੇ ਵਿੱਚੋਂ ਬੇਪਰਵਾਹੀ ਕੱਢ ਕੇ ਡਿਸੀਸ਼ਨ ਜਿਹੜਾ ਤੁਸੀਂ ਲਓਗੇ ਆ ਬਿਰਕੁਟੀ ਦੇ ਵਿੱਚੋਂ ਸਿਰਫ ਇੰਨਾ ਛੋਟਾ ਜਿਹਾ ਪਾਟ ਮੰਨਣਾ ਇਹਨੂੰ ਉਹੀ ਪਊਗਾ ਸਲੇਬ ਇਹੀ ਹੈ ਜਿਹਹ ਜੇ ਉਹ ਮੰਨੋਗੇ ਉਹੀ ਦੇ ਇਮੋਸ਼ਨ ਹੋਊਗਾ ਜਿਹਹ ਜੇ ਇਮੋਸ਼ਨ ਹੋਊਗਾ ਉਹ ਇਹ ਜ ਤੁਹਾਡਾ ਤਨ ਨਾਲ ਮਨ ਗੈਰੰਟੀਡ ਹੈ ਤੋ ਹਰ ਮੈਦਾਨ ਫਤਿਹ ਕਰਨ ਵਾਸਤੇ ਇਹੀ ਮੂਲ ਮੰਤਰ ਸਸਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ